ਇਸ ਚੀਜ਼ ਤੇ ਬਿਲਕੁਲ ਨਹੀਂ ਸਾਨੂੰ ਉਂਗਲੀ ਉਠਾਉਣੀ ਚਾਹੀਦੀ। ਹਾਂ, ਅਗਰ ਰਿਵਿਊ ਦਾ ਵੈਸੇ ਕਿੰਨੀ ਮੁਨਾਫਕਤ ਤੇ ਤੁਹਾਡੇ ਬੰਦਿਆਂ ਦੇ ਚਲੀਮ ਸਾਹਿਬ, ਉਹਦੇ ਆਉਣ ਤੋਂ ਪਹਿਲੇ ਕਹਿੰਦੇ ਨੇ ਕਿ ਸਾਨੂੰ ਪਤਾ ਹੀ ਕਿ ਚੌਹਾਨ ਨੇ ਇਹ ਕਰਨਾ ਇਹ ਕਰਨਾ, ਤੇ ਹੁਣ ਕਹਿੰਦੇ ਨੇ ਚੌਹਾਨ ਸਾਹਿਬ ਤੁਸੀਂ ਗਲਤ ਨਹੀਂ ਕੀਤਾ ਤੇ ਇੰਜ ਨਹੀਂ ਕੀਤਾ। ਵੀ ਕਿੰਨਾ ਦਜਲ ਕਰਦੇ ਨੇ, ਸਾਰੀ ਰਿਕਾਰਡਿੰਗ ਕੀਤੀ ਹੈ ਮੈਂ, ਸਾਰੀ ਰਿਕਾਰਡਿੰਗ। ਇੱਕ ਮਿੰਟ, ਗੱਲ ਇਹ ਕਿਸੇ ਬੰਦੇ ਕੋਲ ਕੋਈ ਇਖਤਿਆਰ ਨਹੀਂ ਪਹੁੰਚਦਾ ਕਿ ਤੁਸੀਂ ਉਹਨੂੰ ਕੱਲ ਇੱਜ਼ਤ ਦਿੱਤੀ, ਉਹਨੂੰ ਉਹਨੂੰ ਤਾਰਿਕ ਚੌਹਾਨ ਸਾਹਿਬ ਨੂੰ ਜੱਜ ਬਣਾਇਆ ਔਰ ਅੱਜ ਤੁਸੀਂ ਉਹਨੂੰ ਕ੍ਰਿਟੀਸਾਈਜ਼ ਕਰੋ ਇਸ ਵਜ੍ਹਾ। ਕੱਲ ਨੂੰ ਕਿਹਦੇ ਕੋਲ ਫੈਸਲਾ ਕਰਾਓਗੇ? ਬਹੁਤ ਗਲਤ ਗੱਲ ਹੈ, ਉਹਨਾਂ ਨੂੰ ਕ੍ਰਿਟੀਸਾਈਜ਼ ਸਾਨੂੰ ਬਿਲਕੁਲ ਨਹੀਂ ਕਰਨਾ ਚਾਹੀਦਾ ਹੈ। ਉਹਨਾਂ ਦੇ ਗੱਲ ਕਰਨਾ ਵੀ ਮੇਰੇ ਖਿਆਲ ਚ ਕਮਜ਼ੋਰੀ ਹੈ, ਅੱਛੀ ਗੱਲ ਨਹੀਂ ਹੈ। ਅਲੀਮੀ ਸਾਹਿਬ ਤੁਸਾਂ ਤੇ ਇੱਕ ਸਵਾਲ ਹੈ, ਤੁਸੀਂ ਕਿਹੜੀ ਗੱਲ ਤੋਂ ਕਿਹਾ ਸੀ ਕਿ ਕੱਲ ਨੂੰ ਦੀ ਗੱਲ ਹੀ ਬੜਾ ਵਜ਼ਨ ਹੈ ਜੀ? ਹਾਂ, ਮੈਂ ਅੱਜ ਹਲੇ ਵੀ, ਮੈਂ ਯਕੀਨ ਕਰੋ ਰਾਜਵੇਦ ਸਾਹਿਬ, ਇਸ ਟਾਈਮ ਵੀ ਮੈਂ ਨਾਸ਼ਤਾ ਕਰ ਰਿਹਾ ਜੀ, ਇਸ ਟਾਈਮ ਵੀ ਮੈਂ ਰਿਜ਼ਕ ਸਾਹਮਣੇ ਮੈਂ ਕਹਿਣਾ ਕੱਲ ਨੂੰ ਦੀ ਗੱਲ 'ਚ ਵਜ਼ਨ ਹੈ, ਕੱਲ ਨੂੰ ਦੀ ਗੱਲ 'ਚ ਵਜ਼ਨ ਹੈ, ਲੇਕਿਨ ਜੋ ਫੈਸਲਾ ਹੋ ਗਿਆ ਉਹ ਮੰਨਣਾ ਪਏ। ਤੁਸੀਂ ਕਿਹਾ ਸੀ ਉਹ ਮੰਨਣਾ ਪਏਗਾ। ਆਮਰ ਨਜ਼ੀਰ ਦਾ ਕਰੀਅਰ ਮੀਰ ਤੇ ਹੁਣ ਖਤਮ ਕਰਦੇ ਸੀ। ਅੱਛਾ ਅਲੀਮ ਸਾਹਿਬ, ਇੱਕ ਇੱਕ ਚੀਜ਼ ਹੋਰ ਮੈਂ ਅਰਜ਼ ਕਰਾਂ ਕਿ ਇਹ ਦੋਸਤ ਵੀ ਹੁਣ ਜਿਹੜੇ ਇੱਕ ਦੋ ਪਹਿਲੇ ਵੀ ਆ ਕੇ ਗੁਫ਼ਤਗੂ ਕਰ ਰਹੇ ਨੇ ਕਿ ਜਮਾਤ ਦੇ ਵਾਲੇ ਨੇ ਜਾਂ ਕੋਈ ਐਸਾ ਮਾਮਲਾ, ਦੇਖੋ ਪਹਿਲੀ ਗੱਲ ਇਹ ਕਿ ਜਮਾਤ ਦੇ ਨਾਲ ਜਾਂ ਕੋਈ ਉਹਦੇ ਨਾਲ ਨਹੀਂ ਸਿੱਧਾ ਵਾ ਹੈ। ਹੁਣ ਜਿਹੜਾ ਸਿਨੈਰੀਓ ਬਣਦਾ ਪਿਆ ਨਾ, ਇਹ ਜਮਾਤ ਨੂੰ ਗੰਦਾ ਕਰਨ ਲਈ ਗੱਲ ਹੈ। ਇੱਕ ਬੰਦੇ ਦਾ ਮਾਮਲਾ ਸੀ, ਉਹਦੇ ਖਿਲਾਫ਼ ਫੈਸਲਾ ਆ ਗਿਆ, ਦੂਸਰੇ ਬੰਦੇ ਨੇ ਜਿਹਨੇ ਜ਼ਿੰਮੇਦਾਰੀ ਲਈ ਸੀ ਉਹਨੇ ਕਹਿ ਲਈ ਠੀਕ ਗੱਲ ਖੜੋ ਜੀ, ਇਹ ਬੰਦਾ ਆਪਣੀ ਗੱਲ ਤੋਂ ਹਾਰ ਗਿਆ ਜਾਂ ਜੋ ਵੀ ਕਹਿ ਲਓ ਕਿ ਇਹ ਆਪਣੀ ਗੱਲ ਨੂੰ ਸਾਬਤ ਨਹੀਂ ਕਰ ਸਕਿਆ। ਇਹ ਜਿਹੜੀ ਮੈਂ ਗੱਲ ਕੀਤੀ ਸੀ, ਆਲੋ ਫੜੋ ਕਿ ਉਹ ਚੀਜ਼ ਪਹਿਲੇ ਕੀ ਹੈ ਜਾਂ ਬਾਅਦ ਕੀ। ਇਮਰਾਨ ਕੱਲ ਨੂੰ ਕਹਿ ਰਿਹਾ ਉਹ ਬਾਅਦ ਕੀ ਹੈ, ਜ਼ਿਆ ਕਹਿ ਰਿਹਾ ਉਹ ਪਹਿਲੇ ਕੀ ਆਡੀਓ। ਆਪਨੇ ਇਸ ਮੇਂ ਫੈਸਲਾ ਸੁਣਾ ਦੀ, ਆਪਨੇ ਖੁਦ ਸੋਚਣਾ, ਹਮੇ ਕੋਈ ਹਮਨੇ ਨਹੀਂ ਆਪਣੇ ਕਹਿਣਾ, ਹਮਨੇ ਨਹੀਂ ਆਪਕੋ ਡੰਡਾ ਦੇਣਾ ਜਾਂ ਹਮਨੇ ਨਹੀਂ ਆਪਕੋ ਗਾਲੀਆਂ ਦੇਣੀ, ਹਮਨੇ ਨਹੀਂ ਆਪਕੋ ਕੁਛ ਕਹਿਣਾ। ਆਪਨੇ ਜੋ ਕਰਨਾ ਆਪਨੇ ਖੁਦ ਕਰਨਾ, ਤਹਮਲ ਸੇ ਖੁਦ ਸੋਚੇ ਕਿ ਇਹ ਜੋ ਫੈਸਲਾ ਹੋਇਆ ਹੈ ਆਪ ਸੇ ਹੋਇਆ ਹੈ, ਕਿਆ ਉਸਮੇ ਆਪਕੋ ਇਸ ਚੀਜ਼ ਕਾ ਪਰੂਫ ਨਹੀਂ ਥਾ ਲੈਣਾ ਚਾਹੀਏ ਕਿ ਇਹ ਆਡੀਓ ਪਹਿਲੇ ਕੀ ਹੈ ਜਾਂ ਬਾਅਦ ਕੀ ਹੈ। ਕਿਉਂਕਿ ਦੋਨੋਂ ਪਾਰਟੀਆਂ ਇਹੀ ਕਹਿ ਰਹੀਆਂ ਕਿ ਇਹ ਕਹਿ ਰਹੀ ਹੈ ਕਿ ਇਹ ਪਹਿਲੇ ਕੀ ਹੈ, ਦੂਸਰੀ ਕਹਿ ਰਹੀ ਹੈ ਕਿ ਇਹ ਬਾਅਦ ਕੀ ਹੈ। ਔਰ ਇੱਕ ਬੰਦਾ ਉਸਕੋ ਪਹਿਲੇ ਕੀ ਸਾਬਤ ਕਰ ਰਿਹਾ ਤੋ ਉਸਕੇ ਲਈ ਉਸਕੋ ਸਬੂਤ ਦੇਣਾ ਚਾਹੀਏ, ਤੋ ਦੂਸਰਾ ਬੰਦਾ ਜੋ ਕਹਿ ਰਿਹਾ ਕਿ ਨਹੀਂ ਇਹ ਬਾਅਦ ਕੀ ਹੈ, ਤੋ ਫਿਰ ਬਾਅਦ ਵਾਲੇ ਕੋ ਸਬੂਤ, ਉਸਕੋ ਸਬੂਤ ਦੇਣਾ ਚਾਹੀਏ। ਇਹ ਦੋਨੋਂ ਕੋ ਸਬੂਤ ਬਾਤ ਰੁਸਤ ਹੈ ਮੇਰੇ ਲਈ ਦੀ ਜਜਮੈਂਟ ਮੈਂ ਨੇ ਇਹੀ ਦੇਖਣਾ ਥਾ ਕਿ ਇਹ ਜੋ ਬਾਤ ਵੋ ਕਰ ਰਹੇ ਹੈ ਕਾਲੂ ਸਾਹਿਬ ਕੇ ਬਈ, ਇਹ ਇਹਨਾਂ ਨੇ ਹਦੀਸ ਦਿਖਾਣੇ ਕੇ ਬਾਅਦ ਇਹ ਬਾਤਾਂ ਕੀ ਹੈ, ਜਬਕਿ ਮੈਨੇ ਜੋ ਆਡੀਓ ਸੁਣੀ ਥੀ ਉਸਮੇ ਅਭੀ ਹਦੀਸ ਦਿਖਾਈ ਨਹੀਂ ਥੀ ਗਈ, ਔਰ ਮੁਸਲਿਮ ਕਾ ਨਾਮ ਵੀ ਆ ਗਿਆ ਔਰ ਉਸ ਲਿਬਾਸ ਕਾ ਨਾਮ ਵੀ ਆ ਗਿਆ, ਔਰ ਇਹ ਵੀ ਕਿਹਾ ਗਿਆ ਕਿ ਸਫਰਾ ਨਹੀਂ ਦਿਖਾਣਾ। ਕਾਲੂ ਸਾਹਿਬ ਕਹਿ ਰਹੇ ਹਾਂ ਸਫਰਾ ਨਹੀਂ ਦਿਖਾਊਂਗਾ, ਦਰਦ ਦਿਖਾਊਂਗਾ। ਇਹ ਬਾਤ ਕੀ ਹੈ ਨਾ, ਯਹੀ ਤੋ ਮਸਲਾ ਤਾਰਕ ਭਾਈ, ਇਹ ਸੁਨੇ ਆਡੀਓ, ਜਬ ਮੈਨੇ ਇਸਕੇ ਸਾਹਮਨੇ ਹਦੀਸ ਪੜ੍ਹੀ ਹੈ, ਇਸਕੋ ਹਦੀਸ ਸੁਨਾਈ ਹੈ, ਉਸਕੇ ਬਾਅਦ ਇਸਕਾ ਮੁਤਾਲਬਾ ਸ਼ੁਰੂ ਹੋ ਗਿਆ ਥਾ ਕਿ ਮੁਝੇ ਅਰਬੀ ਦਿਖਾਓ, ਮੁਝੇ ਅਰਬੀ ਦਿਖਾਓ। ਯਹ ਅਰਬੀ ਪਰ ਕਾਫੀ ਦੇਰ ਅਟਕਾ ਰਹਾ ਹੈ, ਤਕਰੀਬਨ ਵੋ ਤੋ ਹਮਨੇ ਸੁਨ ਲੀ ਥੀ ਵੋ ਸਾਰੀ ਬਾਤ। ਜਬ ਅਰਬੀ ਪਰ ਯਹ ਅਟਕਾ ਰਹਾ ਹੈ ਤੋ ਉਸਕੇ ਬਾਅਦ ਮੈਂ ਇਸਕੋ ਯਹ ਕਹਿਣੇ ਸ਼ੁਰੂ ਹੋ ਗਿਆ ਥਾ ਕਿ ਆਪ ਆਪਣਾ ਮੁਤਾਲਬਾ ਲਿਖ ਕਰ ਦੇ, ਉਸਕੇ ਬਾਅਦ ਦੇਖੇਂਗੇ। ਜਿਸ ਤਰ੍ਹਾਂ ਯਹ ਕਹਿ ਰਹੇ ਨਾ ਕਿ 1 ਲੱਖ ਰੁਪਇਆ ਅਬ ਦੋ, ਤੋ ਉਸ ਪਰ ਨਯਾ 1 ਲੱਖ ਰੁਪਇਆ ਲਗਾਏਂਗੇ।
ये जो दूसरी ऑडियो ना जो सफरा वाली दिखा रहा है, इस पर एक लाख की नहीं की बात थी कि ये तर्जमा तुमने गलत साबित करना है कि ये जो मुस्लिम का तर्जमा है और ये जो इन्होंने तर्जमा किया मिश्कात मुसाहिब वालों ने, ये गलत तर्जमा किया है, ये तर्जमा ठीक नहीं हुआ, इस पर एक लाख की और की शर्त लगेगी, ये वो ऑडियो है। अगर ज़िया रसूल ये कसमन कहे कि ये पहले वाली ऑडियो के साथ तसलसल था या मैंने ये हदीस देखने से पहले ये मुतालबा रखा हुआ था, हम आप पर कोई उस पर भी हम उसको पैसे देने के लिए तैयार हैं। और इनको भी असफर ही कहा है कि ये असफर रंग की दो चादरें होंगी, असफर रंग की दो चादरें होंगी जिनमें हजरत ईसा आएंगे। लेकिन ये बात ਨਾਵਾ ਕਿ ਜਿਹੜੀ ਜ਼ਿਆਰ ਰਸੂਲ ਅਮੀਨੀ ਸਾਹਿਬ ਨੇ ਗੱਲ ਕੀਤੀ ਹੈ ਤੇ ਇਹ ਕਾਲੂ ਸਾਹਿਬ ਨੇ ਆਖਿਆ ਇਹ ਗੱਲ ਬਾਅਦ ਚ ਹੋਈ ਹੈ ਤੇ ਇਹ ਇੱਕ ਇਲਜ਼ਾਮੀ ਤੌਰ ਤੇ ਉਹਨਾਂ ਨੇ ਕਿਹਾ ਕਿ ਇਲਜ਼ਾਮ ਲਾਇਆ ਆਪਣਾ ਜ਼ਿਆਰ ਰਸੂਲ ਅਮੀਨੀ ਸਾਹਿਬ ਤੇ, ਇਲਜ਼ਾਮ ਲਾ ਕੇ ਉਹਨਾਂ ਦੇ ਕੋਲ ਸਬੂਤ ਵੀ ਕੋਈ ਨਹੀਂ ਮੌਜੂਦ ਹੈ। ਠੀਕ ਹੈ, ਅਗਰ ਤੁਸੀਂ ਇਲਜ਼ਾਮ ਲਾ ਰਹੇ ਹੋ ਤੇ ਸਬੂਤ ਰੱਖੋ ਤੇ ਸਾਡੇ ਸਾਨੂੰ ਕਹਿ ਰਹੇ ਨੇ ਕਿ ਇੱਥੇ ਕੁਰਾਨ ਤੇ ਹਲਫ ਦਿਓ। ਅਗਰ ਜੇ ਤੁਸੀਂ ਕੁਰਾਨ ਤੇ ਹਲਫ ਲੈਣਾ ਸੀ ਫਿਰ ਜੱਜ ਕਿਹੜੀ ਗੱਲ ਮੁੰਤਖਬ ਕੀਤਾ ਸੱਜ ਜੀ? ਰਾਜਾ ਸਾਹਿਬ ਜੀ ਸ਼ੁਕਰੀਆ ਜੀ। ਅਸਲਾਮ ਵਾਲੇਕੁਮ ਸਾਹਿਬ, ਸਭ ਤੋਂ ਪਹਿਲੇ ਤੇ ਜਨਾਬ ਸਾਰੇ ਮੁਸਲਮਾਨਾਂ ਨੂੰ ਜਿਹੜੀ ਹੈ ਨਾ ਫਤਿਹ ਜਿਹੜੀ ਹੈ ਮੁਬਾਰਕ ਹੋਵੇ। ਠੀਕ ਹੈ, ਤੇ ਫਤਿਹ ਜਿਹੜੀ ਹੈ ਹਮੇਸ਼ਾ ਸਾਡੀ ਕੋਈ ਫਤਿਹ ਨਹੀਂ, ਇਹ ਫਤਿਹ ਇਸਲਾਮ ਦੀ ਫਤਿਹ ਹੁੰਦੀ ਹਮੇਸ਼ਾ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਗੱਲ ਸੱਚੀ ਹੋਈ। ਅੱਛਾ ਜੀ, ਇੱਥੋਂ ਤੱਕ ਅਲੀਮ ਸਾਹਿਬ ਜਾਂ ਦੂਸਰੇ ਜਿਹੜੇ ਨੇ ਦੂਸਰੀ ਤਰਫ ਦੇ ਦੋਸਤ ਜਿੰਨੀਆਂ ਵੀ ਗੱਲਾਂ ਕਰ ਰਹੇ ਨੇ, ਜਾਂ ਤਾਂ ਇਹਨਾਂ ਨੇ ਪੂਰੀ ਤਰ੍ਹਾਂ ਡਿਬੇਟ ਉਹ ਸੁਣੀ ਨਹੀਂ। ਜਿੱਡਾ ਅੱਛਾ ਫੈਸਲਾ ਅੱਜ ਜੱਜ ਸਾਹਿਬ ਨੇ ਕੀਤਾ ਨਾ, ਪਹਿਲੇ ਤਾਂ ਸ਼ਾਇਦ ਮੈਂ ਨਹੀਂ ਡਿਬੇਟਾਂ ਦੇ ਵਿੱਚ ਨਾ ਵੇਖਿਆ ਹੋਵੇ, ਲੇਕਿਨ ਅੱਜ ਉਹਨਾਂ ਨੇ ਫੈਸਲਾ, ਅਗਰ ਤਾਂ ਕੋਈ ਦਿਆਨਤਦਾਰ ਬੰਦਾ ਅਕਲਮੰਦ ਬੰਦਾ ਉਸ ਪੂਰੀ ਡਿਬੇਟ ਨੂੰ ਸੁਣਨ ਤੋਂ ਬਾਅਦ ਜਿਹੜਾ ਫੈਸਲਾ ਉਹਨਾਂ ਕੀਤਾ, ਅਗਰ ਉਹ 'ਤੇ ਉਂਗਲੀ ਉਠਾਉਂਦਾ ਨਾ, ਯਕੀਨ ਕਰੋ ਉਹ ਨਾ ਇਨਸਾਫੀ ਕਰ ਰਿਹਾ। ਅਲੀਮ ਸਾਹਿਬ ਕਹਿ ਰਹੇ ਨੇ ਕਿ ਉਹਦੀ ਗੱਲ 'ਚ ਵਜ਼ਨ ਸੀ। ਅਗਰ ਅਲੀਮ ਸਾਹਿਬ ਸਿਰਫ ਇੱਕ ਵੀਡੀਓ ਉਹਨਾਂ ਦੀ ਸੁਣ ਲੈਣ ਜਿਹਦੇ ਵਿੱਚ ਉਹਨਾਂ ਨੇ ਆਖਿਆ ਹੈ ਕਿ ਜ਼ਿਆ ਭਾਈ ਨੇ ਸਿਰਫ ਇੰਨੀ ਗੱਲ ਉਹਨਾਂ ਨੂੰ ਦੱਸੀ ਹੈ ਕਿ ਜਿਹੜੀਆਂ ਦੋ ਜ਼ਰਦ ਚਾਦਰਾਂ ਨਾਲ ਹਜ਼ਰਤ ਮਸੀਹ ਉੱਪਰੋਂ ਉਤਰਨਗੇ, ਇਹ ਉਹਨਾਂ ਦੇ ਬਾਰੇ ਉਸ ਰੰਗ ਦੇ ਬਾਰੇ ਗੱਲ ਕੀਤੀ ਹੈ, ਉਸ ਤੋਂ ਬਾਅਦ ਇਹਨਾਂ ਦਾ ਵੀ ਮੌਕਫ ਚੇਂਜ ਹੋ ਜਾਏਗਾ। ਕਿਉਂ ਇਹ ਆਪਣੇ ਬੰਦਿਆਂ ਦੇ ਉੱਤੇ ਇੰਨਾ ਇੰਨਾ ਸਮਝਦੇ ਨੇ ਕਿ ਉਹ ਬੰਦੇ ਜੀ ਸਾਡੇ ਜਿਹੜੇ ਬੰਦੇ ਨੇ ਉਹ ਗਲਤ ਗੱਲ ਨਹੀਂ ਕਰ ਸਕਦੇ? ਪਹਿਲੇ ਤੇ ਆਪਣੇ ਅੰਦਰ ਇਹ ਪੈਦਾ ਕਰੋ ਕਿ ਸਾਡਾ ਬੰਦਾ ਗਲਤ ਗੱਲ ਕਰ ਸਕਦਾ। ਮੈਂ ਰੋਕ ਰਿਹਾ, ਅਲੀਮ ਸਾਹਿਬ ਨੇ ਇੱਕ ਹਕਮਤ ਦੀ ਗੱਲ ਕੀਤੀ ਸੀ। ਅੱਛਾ ਅੱਛਾ, ਕਿ ਕੱਲ ਨੂੰ ਨਸ ਨਾ ਜਾਏ। ਅੱਛਾ ਅੱਛਾ ਮੁਬਾਰਕ ਯਕੀਨ ਕਰੋ ਫੈਸਲਾ ਬਹੁਤ ਮੈਰਿਟ ਤੇ ਆਮਿਰ ਸਾਹਿਬ ਵੀ ਐਫਰਟ ਨੂੰ ਸਲਿਊਟ ਆ। ਅੱਛਾ ਮੈਂ ਇੱਕ ਗੱਲ ਕਰਨਾ ਚਾਹ ਰਿਹਾ ਕਿ ਜਦੋਂ ਡਿਬੇਟ ਹੋ ਰਹੀ ਸੀ ਨਾ ਕਾਲੂ ਦੀ ਤੇ ਜ਼ਿਆ ਸਾਹਿਬ ਦੀ, ਮੈਂ ਉਦੋਂ ਉੱਥੇ ਹੀ ਮੌਜੂਦ ਸੀ। ਅਗਰ ਉਸ ਡਿਬੇਟ ਨੂੰ ਅਗਰ ਡੀਪਲੀ ਸੁਣਨਗੇ ਨਾ ਤੇ ਇਹਨਾਂ ਦਾ ਡਿਸੀਜਨ ਉੱਥੇ ਹੀ ਸਟਕ ਰਹਿ ਜਾਣਾ ਸੀ। ਕਾਲੂ ਸਾਹਿਬ ਨੂੰ ਅਸਲ 'ਚ ਮਰਵਾਇਆ ਇਹਨਾਂ ਦੇ ਪਿੱਛੇ ਜਿਹੜੇ ਯਾਰ ਦੋਸਤ ਸੀ ਸ਼ੁਗਲ 'ਚ ਨਾ, ਉਹਨਾਂ ਨੇ ਨਾ ਹਲਕੀ ਜਿਹੀ ਤੀਲੀ ਲਾਈ ਆ, ਉਹ ਪੱਕੇ ਹੋ ਗਏ ਕਿ ਮੈਂ ਜਿੱਤ ਗਿਆ। ਉੱਥੋਂ ਕਰਦੇ ਕਰਦੇ ਨਾ ਫਿਰ ਐਗ ਹੋ ਗਈ ਗੱਲ ਇੱਥੇ, ਤੇ ਇਸ ਲਈ ਕਾਲੂ ਸਾਹਿਬ ਉਹਦੇ 'ਤੇ ਹੋ ਗਏ ਸਟਕ। ਦੂਸਰੀ ਗੱਲ ਹੈ ਕਿ ਜਿਹੜਾ ਚੌਹਾਨ ਸਾਹਿਬ ਨੇ ਇੱਕ ਗੱਲ ਕੀਤੀ ਨਾ, ਚੌਹਾਨ ਸਾਹਿਬ ਨੇ ਦੇਖੋ ਫੈਸਲਾ ਕਰਨ ਤੋਂ ਪਹਿਲੇ ਇੱਕ ਬਹੁਤ ਅੱਛੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਮੈਂ ਜਿਹੜਾ ਫੈਸਲਾ ਕਰ ਰਿਹਾ
ਮੈਂ ਅਕੀਦੇ ਦੇ ਬੁਨਿਆਦ ਤੇ ਨਹੀਂ ਕਰ ਰਿਹਾ, ਇਹ ਅਕੀਦੇ ਦੀ ਬੁਨਿਆਦ ਤੇ ਫੈਸਲਾ ਨਹੀਂ ਆ, ਇਹ ਇੱਕ ਜਨਰਲ ਫੈਸਲਾ ਜਿਹੜੀ ਡਿਬੇਟ ਤੁਸੀਂ ਮੇਰੇ ਸਾਹਮਣੇ ਮੌਜੂ ਰੱਖੀ ਹੈ ਉਹ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜੀ, ਤੇ ਉਹ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਚੌਹਾਨ ਸਾਹਿਬ ਨੇ ਡਿਸੀਜਨ ਦਿੱਤਾ। ਤੇ ਰਹੀ ਗੱਲ ਅਪੀਲ ਦੀ, ਦੇਖੋ ਅਪੀਲ ਇਨਸਾਨ ਤਦ ਕਰ ਸਕਦਾ ਜਦੋਂ ਸ਼ਰਾਇਤ ਤੁਸੀਂ ਜਿਹੜੇ ਸੀ ਲਾਗੂ ਕਰਨ ਤੋਂ ਪਹਿਲੇ ਜਾਂ ਡਿਸਾਈਡ ਕਰਨ ਤੋਂ ਪਹਿਲੇ ਉਹਦੇ ਵਿੱਚ ਸ਼ਾਮਿਲ ਕਰਦੇ ਕਿ ਅਗਰ ਸਾਨੂੰ ਫੈਸਲਾ ਮਨਜ਼ੂਰ ਨਾ ਹੁੰਦਾ ਤੇ ਫਿਰ ਅਸੀਂ ਅੱਗੇ ਅਪੀਲ ਦੇ ਹੱਕ ਤੇ ਜਾਂਦੇ। ਇਸ ਲਈ ਅਗਰ ਉਹ ਡਿਸੀਜਨ ਹੋਇਆ ਹੀ ਨਹੀਂ ਸੀ, ਸਿਰਫ ਇੰਨਾ ਹੋਇਆ ਸੀ ਦੋਨੋਂ ਪਾਰਟੀਆਂ ਇਸ ਗੱਲ ਤੇ ਮੁਤਫਿਕ ਸੀ ਕਿ ਜੋ ਵੀ ਡਿਸੀਜਨ ਹੋਏਗਾ ਸਾਨੂੰ ਮਨਜ਼ੂਰ ਹੋਏਗਾ ਤੇ ਅਸੀਂ ਪੈਸੇ ਦੇਣ ਦੇ ਹੱਕ 'ਚ ਹੋਵਾਂਗੇ ਬਸ। ਤੇ ਇਸ ਤੋਂ ਬਾਅਦ ਬਿਲਕੁਲ ਅਲੀ ਭਾਈ, ਇਸ ਤਰ੍ਹਾਂ ਹੀ ਹੈ, ਮੌਕਾ ਬਣਦਾ ਹੀ ਨਹੀਂ ਹੈ। ਸੁਣੋ 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 ਸੁਣੋ, ਮਕਲੀ ਕੀ ਵਜ੍ਹਾ ਸੇ ਫੈਸਲਾ ਆਇਆ ਹੈ, ਬਾਤ ਬਿਲਕੁਲ ਠੀਕ ਹੈ, ਮੈਂ ਕਬੂਲ ਕਰਦਾ ਹਾਂ ਲੇਕਿਨ ਆਕਾ ਜੀ ਅਸੀਂ ਕਬੂਲ ਕਰਨੇ ਆ ਰਿਜੈਕਟ, ਮੈਂ ਵੀ ਕਰਦਾ ਹਾਂ, ਸਾਰੇ ਕਰ ਦੇਣਗੇ ਕਿ ਜੱਜ ਕੋਈ ਹੋਰ ਵੀ ਸਾਥ ਲੈ ਲਓ, ਗਲਤ ਹੈ। ਬਾਤ ਇਹ ਹੈ ਕਿ ਇਹਨੇ ਅਬ ਇਹ ਇਸ ਬਾਤ ਪਰ ਅਗਰ ਯੇ ਮਾਨ ਜਾਏ ਤੋ ਇਨਕੀ ਮਿਹਰਬਾਨੀ ਹੈ ਕਿ ਦੁਬਾਰਾ ਕੇਸ ਸੁਣੇ, ਦੁਬਾਰਾ ਕੇਸ ਹਮਾਰਾ ਮੌਕਫ ਸੁਣ ਕਰ ਫਿਰ ਆਪ ਜੋ ਫੈਸਲਾ ਦੇਣਾ ਹੈ ਉਹ ਫੈਸਲਾ ਦੇ, ਯਹਾਂ ਤੱਕ ਬਾਤ ਠੀਕ ਹੈ, ਗਲਤ ਤਰੀਕੇ ਸੇ ਨਾ ਆਗੇ ਲੈ ਕੇ ਜਾਏ ਜੋ ਕੋਈ ਠੀਕ ਹੈ। ਮਲਕ ਸਾਹਿਬ ਇਸਨੇ ਇੱਕ ਹੋਰ ਬਾਤ, ਮੈਂ ਕਿਹਾ ਗਲਤ ਤਰੀਕੇ ਨਾਲ ਨਾ ਉਹਦੇ ਮਗਰ ਪਾਓ, ਉਹਦਾ ਦਿਲ ਕਰਦਾ ਠੀਕ ਹੈ, ਨਹੀਂ ਦਿਲ ਕਰਦਾ ਕੋਈ ਮਸਲਾ ਨਹੀਂ। ਹਲੇ ਤੈਨੂੰ ਕੌਣ ਮਿਊਟ ਕਰ ਰਿਹਾ? ਦੋਸਤਾਂ ਕੋਲ ਇਹੀ ਗੁਜ਼ਾਰਿਸ਼ ਹੈ ਕਿ ਇਹ ਨਾ ਹੋਏ ਕਿ ਹੁਣ ਸਾਡੀਆਂ ਸਾਰਿਆਂ ਦੀਆਂ ਵੀਡੀਓ ਰਿਕਾਰਡ ਕਰਕੇ ਚੜਾਓ, ਤੇ ਇਹ ਤੋਂ ਵੀ ਪਰਹੇਜ਼ ਹੀ ਕਰਨਾ। ਤੈਨੂੰ ਪਤਾ ਲੱਗੇ ਕਿ ਤਾਰਕ ਚੌਹਾਨ ਸਾਹਿਬ ਨੂੰ ਬੁਰਾ ਭੱਲਾ ਥੱਲੇ ਕਹਿ ਰਹੇ ਨੇ। ਜਿਹੜੀ ਗੱਲ ਨਲੀਮ ਸਾਹਿਬ ਨੇ ਵੀ ਕਰਤੀ, ਯੂਸਵੀ ਸਾਹਿਬ ਨੇ ਵੀ, ਵੇਖੋ ਨਾ ਤੁਸੀਂ ਸਾਡੇ ਕੋਲ ਆ ਕੇ ਬੈਠੇ ਹੋ, ਤੁਹਾਡੇ ਆਉਣ ਤੋਂ ਪਹਿਲੇ ਤੁਹਾਨੂੰ ਅਸੀਂ ਭੈੜਾ ਬੋਲਾ ਕਰੀਏ ਤੇ ਬਾਅਦ ਅਸੀਂ ਤੁਹਾਡੇ ਥੱਲੇ ਕਰੀਏ, ਤੇ ਇਹਦਾ ਦੋਗਲਾ ਪਾ ਦੇਣਾ ਉਹ ਕਿਉਂ ਚਾਹੇ। ਚਲੋ ਠੀਕ ਹੈ, ਬਰਹਾਲ ਜਿਹੜੀ ਗੱਲ ਹੋ ਗਈ ਹੈ ਇਹ ਤੇ ਠੀਕ ਹੈ, ਜੋ ਫੈਸਲੇ ਦਾ ਇਤਰਾਮ ਕਰਨਾ ਚਾਹੀਦਾ ਸਾਰਿਆਂ ਨੂੰ। ਮਨਸੂਰ ਸਾਹਿਬ ਆਪਣੇ 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 ਜ਼ਰਾ ਮੇਰੇ ਮਾਦਰਾ ਜਾਣਾ, ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਸੀਂ ਵੀ ਪੂਰੀ ਡਿਬੇਟ ਸੁਣੀ, ਤੁਸੀਂ ਉੱਥੇ ਬਲਕਿ ਮੌਜੂਦ ਰਹੇ, ਮੈਂ ਤੁਹਾਨੂੰ ਵੇਖਦਾ ਰਿਹਾ, ਤੁਸੀਂ ਕਿੱਥੇ ਕੁਤਾਈ ਵੇਖਦੇ ਹੋ? ਕੱਲ ਉਹਦੀ ਤਿਆਰੀ ਨਹੀਂ ਸੀ, ਚਲੋ ਮੰਨ ਲਿਆ ਜੀ ਕਿਤੇ ਤਿਆਰੀ ਨਹੀਂ ਸੀ ਹੈ, ਲੇਕਿਨ ਯਾਰ ਰਸੂਲ ਮੈਂ ਤੁਹਾਨੂੰ ਦੱਸਾਂ ਜੇ ਸੱਚੀ ਗੱਲ ਉਸ, ਮੈਂ ਅਗਰ ਉੱਪਰ ਹੁੰਦਾ ਨਾ ਤੇ ਮੈਂ ਜ਼ਰੂਰ ਇਹ ਪੁਆਇੰਟ ਰੱਖਦਾ ਕਿ ਕਮ ਅਜ਼ ਕਮ 24 ਘੰਟੇ ਜੱਜ ਨੂੰ ਦੁਬਾਰਾ ਉਸ ਪ੍ਰੋਗਰਾਮ ਦੀ ਰਿਕਾਰਡਿੰਗ ਉਹ ਵੇਖ ਕੇ ਫਿਰ ਉਹ ਫੈਸਲਾ ਕਰਦਾ, ਫੌਰੀ ਨਾ ਫੈਸਲਾ ਕਰੇ, ਇਹ ਮੈਂ ਚੀਜ਼ ਜ਼ਰੂਰ ਰੱਖਦਾ। ਜੇ ਨਜਰ ਸਾਹਿਬ ਮੈਂ ਜੇ ਸੱਚੀ ਗੱਲ ਕਰਾਂ, ਇਹ ਚੀਜ਼ ਮੇਰੇ ਜ਼ਿਹਨ 'ਚ ਵੀ ਸੀਗੀ ਔਰ ਉਹ ਕਮੈਂਟਸ ਵੀ ਬੰਦ ਸੀ, ਮੈਂ ਕਮੈਂਟਸ ਵੀ ਨਹੀਂ ਸੀ ਕਰ ਸਕਦਾ,
ਫੈਸਲੇ ਨੇ ਦੋਨਾਂ ਪਾਰਟੀਆਂ ਤੇ ਲਾ ਦੇਣ ਜੋ ਵੀ ਫੈਸਲਾ ਆਇਆ ਫੈਸਲੇ ਤੇ ਅਸੀਂ ਕਰੀਏ ਨਹੀਂ ਹਾਂ ਇਹ ਜ਼ਰੀਰ ਚੀਜ਼ ਮੈਂ ਆਪਣੀ ਉਹ ਜਦੋਂ ਦੋਨੇ ਪਾਰਟੀਆਂ ਇੱਕ ਜੱਜ ਤੇ ਐਗਰੀ ਸਨ ਤੇ ਉਸ ਤੋਂ ਬਾਅਦ ਉਸ ਚੀਜ਼ ਤੇ ਨਹੀਂ ਅਸੀਂ ਡਿਸਕਸ ਕਰਦੇ ਫੈਸਲਾ ਬਾਜ਼ ਦਫ਼ਾ ਇਹ ਜੱਜ ਆਪਣੀ ਅਕਲ ਔਰ ਸਮਝ ਦੇ ਮੁਤਾਬਕ ਜੋ ਸਹੀ ਸਮਝਦਾ ਉਹ ਫੈਸਲਾ ਕਰਦਾ ਲੇਕਿਨ ਕੋਈ ਚੀਜ਼ ਅਗਰ ਰਹਿ ਜਾਂਦੀ ਉਹ ਰਿਵਿਊ ਦੇ ਵਿੱਚ ਦਾਇਰ ਕੀਤੀ ਜਾ ਸਕਦੀ ਹੈ ਅਤੇ ਇਹ ਇਹ ਚੀਜ਼ ਹੈ ਕਿ ਅਗਰ ਹੱਕ ਦੇ ਦਿੱਤਾ ਜਾਵੇ ਰਿਵਿਊ ਦਾ ਤੇ ਇਹ ਇੱਕ ਚੀਜ਼ ਪੋਸੀਬਲ ਹੈ ਬਾਕੀ ਨਹੀਂ ਅਗਰ ਤੁਸੀਂ ਕੰਕਲੂਡਿੰਗ ਰਿਮਾਰਕਸ ਚੈੱਕ ਕਰਦੇ ਤੁਸੀਂ ਉਹਦੇ ਚ ਕਾਲੂ ਦੀ ਵੀ ਗੁਫ਼ਤਗੂ ਕੀਤੀ ਲੋ ਜੀ ਅਮਰ ਭਾਈ ਤੁਹਾਡੇ ਤਾਹਰ ਨੇ ਤੁਹਾਡੀ ਤਾਰੀਫ ਕਰ ਸਕਦੀ ਜੀ ਤਾਹਰ ਨੇ ਜਿਹਦਾ ਜਿਹਦੀ ਲੱਤ ਖਰਾਬ ਹੈ ਕਹਿੰਦਾ ਉਹਦੇ ਚ ਇਹ ਵੀ ਇਤਫਾਕ ਕਿ ਇੱਕ ਵਾਰੀ ਜਿਹਨੂੰ ਮਨਾ ਕਰ ਦੇਣ ਆਪਣੇ ਬੰਦੇ ਨੂੰ ਸਾਰੇ ਚੁੱਪ ਹੋ ਜਾਂਦੇ ਨੇ ਬੋਲਦੇ ਨਹੀਂ ਹੈ ਇਸ ਟਾਈਮ ਥੋੜ੍ਹੀ ਜਿਹੀ ਤਾਰੀਫ ਤੁਹਾਡੀ ਕਰਦਾ ਪਿਆ ਮਾਇਕ ਖੋਲ ਨਾ ਫਿਰ ਤਾਰੀਫ ਦੇ ਅਸੀਂ ਬੜੇ ਸ਼ਦਾਈ ਹਾਂ ਜੀ ਅਸਲਾਮ ਵਾਲੇਕਮ ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਕਿਹੜਾ ਫੈਸਲਾ ਹੋ ਗਿਆ ਕਿਹੜੀ ਜਿੱਤ ਹੋ ਗਈ ਮੈਂ ਹੁਣੇ ਉੱਠਿਆ ਮੈਂ ਮੈਨੂੰ ਕਿਸੇ ਚੀਜ਼ ਦਾ ਨਹੀਂ ਪਤਾ ਕਿ ਥੋੜ੍ਹਾ ਮੈਨੂੰ ਅਪਡੇਟ ਕਰ ਦਿਓ ਪਲੀਜ਼ ਤੁਸੀਂ ਸੁਣਿਆ ਸੀ ਜ਼ਿਆ ਰਸੂਲ ਅਮੀਨੀ ਤੇ ਕਾਹਨੂੰ ਦਾ ਇੱਕ ਇੰਨਾ ਕੁ ਮੈਂ ਸੁਣਿਆ ਸੀ ਮੈਨੂੰ ਪਤਾ ਨਹੀਂ ਸੀ ਕੀ ਜ਼ਿਆਦਾ ਮਤਲਬ ਹੋ ਰਿਹਾ ਸੀ ਕੰਮ ਉਹ ਤਾਂ ਅੱਜ ਮੁਨਾਜ਼ਰਾ ਹੋਇਆ ਔਰ ਮੁਨਾਜ਼ਰੇ ਦੇ ਵਿੱਚ ਜ਼ਿਆ ਰਸੂਲ ਅਮੀਨੀ ਸਾਹਿਬ ਫਤਿਹ ਉਹਨਾਂ ਦੇ ਹਿੱਸੇ 'ਚ ਆਈ ਹੈ ਤੇ ਅੱਜ ਫਤਿਹ ਕਰਾਰ ਪਾਇਆ ਮੁਬਾਰਕ ਇੱਕ ਗੱਲ ਕਰਨੀ ਸੀ ਕਿ ਚੌਹਾਨ ਸਾਹਿਬ ਨੇ ਉਹ ਫੈਸਲਾ ਕੀਤਾ ਕਿ ਦੇਖੋ ਨਬੀ ਕਰੀਮ ਸੱਲਮ ਦੀ ਗੱਲ ਹੋ ਰਹੀ ਸੀ ਨਾ ਉੱਥੇ ਕਿ ਉਹਨਾਂ ਦੋ ਰੰਗਾਂ ਦੀ ਜਿਹੜੀ ਨਾ ਉੱਥੇ ਗੱਲ ਕੀਤੀ ਕਿ ਜੀ ਅਰਬੀ ਦੇ ਜਿਹੜੇ ਲਫ਼ਜ਼ ਦੇ ਵਿੱਚ ਦੋ ਰੰਗ ਆ ਰਹੇ ਹਨ ਕਾਲੂ ਸਾਹਿਬ ਤੇ ਦੋਸਤਾਂ ਨਾਲ ਗੱਲ ਹੋਏਗੀ ਕਾਲੋ ਨੇ ਕੋਸ਼ਿਸ਼ ਕੀਤੀ ਹੈ ਕਿ ਉਹ ਹੀ ਜਿਹੜਾ ਲਿਬਾਸ ਹੈ ਉਹਨੂੰ ਅੱਲਾਹ ਦੇ ਨਬੀ ਨੇ ਮਨਾ ਕੀਤਾ ਦੁਬਾਰਾ ਜਿਹੜਾ ਨਾ ਉਹਦੇ ਉਸ ਲਿਬਾਸ ਦੇ ਵਿੱਚ ਜਿਹੜਾ ਨਾ ਉਹ ਹਜ਼ਰਤ ਈਸਾ ਅਲੈਹਿ ਸਲਾਮ ਦੇ ਬਾਰੇ 'ਚ ਨਾ ਮਗਰ ਮਾਸ਼ਾਅੱਲਾ ਜ਼ਿਆ ਭਾਈ ਨੇ ਜਿਹੜਾ ਨਾ ਬਹੁਤ ਅੱਛਾ ਜਿਹੜੇ ਜਵਾਬ ਵੀ ਦਿੱਤੇ ਅੱਗੋਂ ਪਰੂਫ ਵੀ ਕੀਤਾ ਕਿ ਉਹ ਗੱਲਾਂ ਨਹੀਂ ਹੈ ਉਹ ਡਿਫਰੈਂਟ ਹੈ ਇਹਦੇ ਵਿੱਚ ਅੱਲਾਹ ਤਾਲਾ ਉਹਨਾਂ ਨੂੰ ਸਿਹਤ ਦੇ ਜ਼ਿੰਦਗੀ ਦੇ ਅਤੇ ਇਨਸ਼ਾਅੱਲਾ 600 ਯੂਰੋ ਵੀ ਆਪਣਾ ਹੀ ਹੈ ਟੈਨਸ਼ਨ ਲਓ ਮੁਸਲਮਾਨੋ ਅੱਛਾ ਉਹ ਨਾ ਹੁਣ ਪ੍ਰੈਸ਼ਰ ਕਰ ਰਹੇ ਨੇ ਆਪਣਾ ਤਾਰਿਕ ਚੌਹਾਨ ਸਾਹਿਬ ਨੂੰ ਨਾ ਕਹਿ ਰਹੇ ਨੇ ਕਿ ਅਗਰ ਉਹ ਇਸ ਠੀਕ ਹੈ ਰਿਵਿਊ ਲੈ ਲਵੋ ਜਾਂ ਨਾ ਲੈ ਲਵੋ ਲੇਕਿਨ ਇਹ ਤੇਰਾ ਹੱਕ ਬਣਦਾ ਕਿਉਂਕਿ ਤੂੰ ਜੱਜ ਹੈ ਤੂੰ ਆਖ ਬਈ ਮੈਨੂੰ ਠੀਕ ਹੈ ਉਹਨਾਂ ਦੇ ਕੋਈ ਜਿਹੜੇ ਪੁਆਇੰਟ ਮੈਨੂੰ ਸਮਝ ਨਹੀਂ ਆਏ ਅਤੇ ਉਹ ਪੁਆਇੰਟ ਮੈਂ ਉਹਨਾਂ ਦੇ ਸੁਣਨਾ ਚਾਹੁੰਦਾ ਅਤੇ ਮੈਂ ਰਿਵਿਊ ਲੈਣਾ ਹੈ ਜਿਹੜਾ ਨਾ ਚਾਹੁੰਦਾ ਅਤੇ ਅਗਰ ਉਹ ਆਪਦੇ ਮੁਸਲਮਾਨ ਜਿਹੜੇ ਨੇ
ਹੋਵੇ ਸੀ ਲੱਖ ਰੁਪਈਆ ਸਾਂ ਉਹਨਾਂ ਦੇ ਛੁੱਟ ਸਾਂ ਵੀ ਗੱਲ ਕਰਨ ਵਾਲੀ ਹੈ ਜਦੋਂ ਇੱਕ ਵਾਰੀ ਫੈਸਲਾ ਆ ਗਿਆ ਜੱਜ ਉਹਨਾਂ ਚੁਣਿਆ ਹੋਇਆ ਪ੍ਰੈਸ਼ਰ ਪ੍ਰੈਸ਼ਰਾਈਜ਼ ਕਿਉਂ ਕਰ ਰਹੇ ਨੇ ਤੇਰੇ ਸਿਗਨਲ ਨਹੀਂ ਸਹੀ ਪਹਿਲੇ ਲੱਖ ਦੇ ਨਾ ਤੇ ਫਿਰ ਪ੍ਰੈਸ਼ਰਾਈਜ਼ ਕਰ ਲੈ ਮੈਂ ਅੱਛਾ ਕਾਜ਼ਮੀ ਭਾਈ ਆਏ ਨੇ ਅਸਲਾਮ ਅਲੈਕੁਮ ਕਾਜ਼ਮੀ ਭਾਈ ਕੀ ਹਾਲ ਜੀ ਜੀ ਵਾਲੇਕੁਮ ਅਸਲਾਮ ਪਹਿਲੇ ਤਾਂ ਸਭ ਭਰਾਵਾਂ ਨੂੰ ਮੁਬਾਰਕ ਹੋਵੇ ਬਹੁਤ ਬਹੁਤ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕ ਇਹ ਨਸੀਬ ਚ ਕੀਤੀ ਹੈ ਬਾਕੀ ਜੋ ਬੈਠ ਕੇ ਉੱਥੇ ਦਜਲ ਤੋਲਿਆ ਜਾ ਰਿਹਾ ਮੈਂ ਕਦੀ ਇਸ ਤਰ੍ਹਾਂ ਨਹੀਂ ਵੇਖਿਆ ਉੱਥੇ ਉੱਤੇ ਜਿਹੜੇ ਆਪਣੀ ਕਰ ਲੇ ਜੀ ਆਪਣਾ ਕਾਫੀ ਲੱਖ ਰੁਪਿਆ ਅੱਜ ਵੇਖੋ ਪੂਰੀ ਜਮਾਤ ਆਉਂਦੀਆਂ ਕਿਸ ਤਰ੍ਹਾਂ ਤੱਕ ਜੀ ਮੈਂ ਰਿਕੁਐਸਟ ਡਾਲੀ ਸੀ ਜੀ ਅਭੀ ਤੱਕ ਅਭੀ ਰਿਕੁਐਸਟ ਉਨਕੀ ਦੁਬਾਰਾ ਨਹੀਂ ਆਈ ਦੋਨੋਂ ਫਰੀਕੈਨ ਕੋ ਆਪਣੀ ਤਰਫ ਸੇ ਕੰਕਲੂਡਿੰਗ ਰਿਮਾਰਕਸ ਦੇਣੇ ਕਾ ਬੜੀ ਸਕਰੀਨ ਪੇ ਕਰਕੇ ਦੇਖੇ ਨਾ ਇਹ ਉਨਕੋ ਮੈਸੇਜ ਆ ਰਿਹਾ ਹੈ ਕਿ ਮੋਡਰੇਟਰ ਨਹੀਂ ਜੀ ਮਸਲਾ ਹੱਲ ਹੋ ਰਹਾ ਹਾਂ ਜੀ 00 ਹੋਗਾ ਤੇ ਇਨਸ਼ਾਅੱਲਾ ਬ੍ਰਾਡਕਾਸਟ ਕਰੂੰਗਾ ਜੀ ਚਲੇ ਠੀਕ ਹੈ ਜੀ ਜਦੋਂ ਕੋਈ ਐਸੀ ਐਸਐਫਆਈਆਰ ਨੂੰ ਜਿਹੜੀ ਹੈ ਉਹ ਕਿਨੂੰ ਸਪੋਰਟ ਕਰਦੀ ਹੈ ਉਹਨਾਂ ਨੂੰ ਕਦੇ ਵੀ ਇੱਥੇ ਅਸਾਈਲਮ ਵਾਸਤੇ ਸਪੋਰਟ ਨਹੀਂ ਕਰਦੀ ਹੈ ਜੀ ਜੀ ਬਿਲਕੁਲ ਔਰ ਫਿਰ ਇਹਨਾਂ ਨੇ ਇੱਕ ਵੀ ਮਤਲਬ ਅਜਾ ਹੁਸੈਨ ਆਪ ਕਰ ਸਕਤੇ ਹੈ ਐਵੀਡੈਂਸ ਦੀ ਬੁਨਿਆਦ ਤੇ ਦੇਖੋ ਜੀ ਕੋਈ ਅੱਗੇ ਵੀ ਚਾਹੇ ਵੀ ਤਫੀਕ ਦੇ ਜੀ ਨੁਕਸਾਨ ਇਤਰਾਜ਼ ਹੈ ਨਾ ਮੈਂ ਤਾਂ ਕੋਈ ਇਤਰਾਜ਼ ਨਹੀਂ ਜੋ ਹੈ ਉਹ ਜੀ ਆਡੀਓ ਜਿਹੜੀ ਆਡੀਓ ਜ਼ਿਆਰ ਰਸੂਲ ਨੇ ਚਲਾਈ ਹੈ ਇਸ ਤੋਂ ਬਾਅਦ ਦੀ ਮੇਰਾ ਖਿਆਲ ਹੋ ਸਕਦਾ ਕੋਈ ਐਸੀ ਬਾਤ ਕਹਿਣਾ ਚਾਹੇ ਜੋ ਹਮ ਇਸਮੇ ਉਹ ਜੋ ਉਹ ਕਹਿ ਰਹੇ ਹੈ ਅਬ ਇਹ ਤੋ ਕਿਸਾ ਕਹਾਣੀ ਡਿਸਕਸ ਕਰਨੇ ਕੀ ਜ਼ਰੂਰਤ ਕਿ ਜ਼ਰਦ ਰੰਗ ਕਫਾਰ ਕਾ ਰੰਗ ਹੈ ਤੋ ਉਹ ਇਸਮੇ ਅਸਲਾ ਜੱਜ ਕਾ ਆ ਚੁਕਾ ਹੈ ਉਤਾਰ ਦੇ ਉਤਾਰ ਦੇ ਮੈਂ ਤਾਂ ਸਿਰੇ ਮੁਬਾਰਕ ਦੇ ਮਨਾਇਆ ਮੈਂ ਪਹਿਲੇ ਹੀ 1 ਲੱਖ ਰੁਪਏ ਸਬਮਿਟ ਕਰਵਾਇਆ ਜਾਏ ਮੈਂ ਵੀ ਉਹ ਬਾਤ ਕਰ ਰਹੇ ਹੈ ਕਿ ਨਹੀਂ ਉਹ ਤੋ ਤੁਮ ਝੂਠ ਬੋਲ ਰਹੇ ਹੋ ਯਾਨੀ ਤੋ ਇਸ ਬਾਤ ਕੀ ਇਨ ਬੇਅਕਲੋਂ ਕੋ ਇਹ ਨਹੀਂ ਸਮਝ ਮੈਂ ਆਤੀ ਕਿ ਇਹ ਖੁਦ ਆਪਣੇ ਆਪ ਕੋ ਜ਼ਲੀਲੋ ਖੁਆਰ ਕਰਾ ਰਹੇ ਹੈ ਚੁੱਪ ਕਰਕੇ ਪੈਸੇ ਦੇਣ ਲੇਕਿਨ ਇਹਨਾਂ ਨੇ ਇਹ ਪੈਸੇ ਨਹੀਂ ਦੇਣੇ ਇਹ ਵੀ ਮੈਂ ਆਪਕੋ ਬਤਾ ਦੂੰ ਇਹਨਾਂ ਨੇ ਨਹੀਂ ਕਹਿ ਸਕੇ ਗਏ ਕਹਿ ਸਕੇ ਤੇ ਗਿਆ ਸਿੱਧੂ ਸਿਆਲਕੋਟੀ ਨਜ਼ਰਸਾਨੀ ਕਰ ਲਈ ਗੱਲ ਨੂੰ ਸਮਝੋ ਜਿਹੜੇ ਉੱਥੇ ਹੁਣ ਬੈਠੇ ਨੇ ਨਾ ਇੱਕ ਪਾਸੇ ਇਹ ਵੀ ਕਹਿ ਦੇਣਾ ਕਿ ਜੀ ਅਸੀਂ ਦਵਾਂਗੇ ਅਸੀਂ ਦਵਾਂਗੇ ਅਸੀਂ ਦਵਾਂਗੇ ਅਸੀਂ ਦਵਾਂਗੇ ਠੀਕ ਹੈ ਤੇ ਨਾਲ ਨਜ਼ਰਸਾਨੀਆਂ ਵੀ ਕਰਵਾਈ ਜਾ ਰਹੇ ਨੇ ਅਗਰ ਨਜ਼ਰੇਸਾਨੀ ਕਰਵਾਉਣੀ ਹੈ ਫਿਰ ਪੈਸੇ ਦੇਣ ਦੀ ਇਹਦਾ ਮਤਲਬ ਹੈ ਕਮਿਟਮੈਂਟ ਤੋਂ ਮੁਕਰਨਾ ਪਏਗਾ ਇਹਨਾਂ ਨੂੰ ਐ ਤਾਂ ਨਹੀਂ ਨਾ ਹੋ ਸਕਦਾ ਕਿ ਜੀ ਨਜ਼ਰੇਸਾਨੀ ਕਰਵਾਉਣ ਤੋਂ ਪਹਿਲਾਂ ਹੀ ਮਤਲਬ ਜਿਹੜਾ ਹੈ ਉਹ ਪੈਸੇ ਨਾ ਦਿੱਤੇ ਜਾਣ ਨਜ਼ਰੇਸਾਨੀ ਦੇ ਬਾਅਦ ਕੀ ਹੋਏਗਾ ਇਸ ਗੱਲ 'ਤੇ ਬਿਲਕੁਲ ਐਗਰੀ ਨਹੀਂ ਕਰਨਾ ਉਹਨਾਂ ਨੇ ਕਹਿਣਾ ਜੀ ਨਜ਼ਰੇਸਾਨੀ ਸੁਣੀ ਹੈ ਹਰ ਚੀਜ਼ ਜਿਹੜੀ ਹੈ ਉਹ ਆਪਣੀ ਜਗ੍ਹਾ 'ਤੇ ਤੁਹਾਡੀ ਠੀਕ ਹੈ ਜੱਜ ਨੇ ਆਪਣਾ ਫੈਸਲਾ ਸੁਣਿਆ ਜਾਂ ਤਾਂ ਕੋਈ ਐਸਾ ਐਵੀਡੈਂਸ ਪੇਸ਼ ਕਰੋ ਜਿਹਦੀ ਬੁਨਿਆਦ 'ਤੇ ਤੁਸੀਂ ਜੱਜ ਨੂੰ ਕਨਵਿੰਸ ਕਰੋ ਕਿ ਇਹ ਹੇਅਰੇਬਲ ਵੀ ਹੈਗੀ ਹੈ ਕੋਈ ਡਿਸਕਸ਼ਨ ਜਾਂ ਨਹੀਂ ਹੈਗੀ ਜਦੋਂ ਤੁਸੀਂ ਇੱਕੋ ਆਡੀਓ ਜਿਹੜੀ ਤੁਸੀਂ ਸੁਣਾਈਏ ਉਹੀ ਤੁਸੀਂ ਬਾਰ 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 ਉਹੀ ਪਲੇ ਕਰਨੀ ਹੈ ਜੱਜ ਨੇ ਫੈਸਲਾ ਕਿਉਂ ਬਦਲਣਾ ਬਈ ਅਮਰ ਭਾਈ ਇਹ ਨੇਸ ਇਹ ਸਾਥੀ ਆਇਨੇ ਆਪਣਾ ਹਸਨ ਭਾਈ
ਹਾਲਤ ਸਾਹਿਬ ਨੇ ਆਪਣੇ ਬਹੁਤ ਪੁਰਾਣੇ ਆਪਣੇ ਅਮਰ ਭਾਈ ਦੇ ਦੋਸਤ ਨੇ ਅਤੇ ਇਸ ਵਕਤ ਉਹਨਾਂ ਨੇ ਪੂਰਾ ਚੌਹਾਨ ਤਾਰਕ ਚੌਹਾਨ ਨੂੰ ਘੇਰੇ ਆ ਇੱਥੋਂ ਜਿਹੜਾ ਮਲਿਕ ਵਾਹਨ ਮੈਂ ਤਾਂ ਜਾਣਦਾ ਜੀ ਤੁਸੀਂ ਜਾਣਦੇ ਹੋ ਕਹਿੰਦੇ ਹੋ ਬੜਾ ਸਹੀ ਗੱਲ ਕਰਦਾ ਉੱਥੇ ਜਾ ਕੇ ਸਾੜੀਆਂ ਇੱਥੇ ਕਰਦਾ ਮੂੰਹ ਤੇ ਉਹਨਾਂ ਦੇ ਮੂੰਹ ਤੇ ਜਾ ਗੋਰ ਕਰਦੇ ਸੁਣ ਲੱਗੇ ਆ ਸਾਰਾ ਹੱਲ ਸਭ ਸਾਰੇ ਪਾਸੇ ਧਿਆਨ ਨੇ ਸਾਹਮਣੇ ਜਵਾਨ ਉਹਨਾਂ ਨੇ ਫੁੱਲ ਘੇਰੇ ਆ ਤੇ ਉਹ ਹੀ ਆ ਕਿ ਸਾਡੀ ਰਿਵਿਊ ਤੇ ਰਿਵਿਊ ਤੇ ਇਹ ਲੋ ਤੁਸੀਂ ਸੁਣ ਲਓ ਜੀ ਜੇ ਤੁਸੀਂ ਸੁਣਾਇਆ ਸੁਣ ਲਓ ਤੁਸੀਂ ਸੁਣ ਲਓ ਇਹ ਹੀ ਸੁਣਾਣਾ ਜੀ ਉਹ ਜੈਸੇ ਕਹਤੇ ਨੇ ਜਦੋਂ ਜਿਸਕੇ ਹੱਥ ਸਾਰੇ ਸੁਣਦੇ ਪਏ ਸਾਰਾ ਬਾਤਾਂ ਕੋਈ ਹੋਰ ਗੱਲ ਕਰੋ ਵੀ ਹੋ ਗਿਆ ਇਸਲਾਮ ਜੀਤ ਗਿਆ ਜਿੰਦਾ ਲੇਕਿਨ ਗੱਲ ਇਹ ਕੀ ਹੈ ਕਿ ਉਹ ਅਸੀਂ ਹੁਣ ਗੱਲ ਦੁਬਾਰਾ ਨਹੀਂ ਕਰਨੀ ਕਿ ਅਬਦੁੱਲਾ ਆਤਮ ਹੁਣ ਦਿਲ 'ਚ ਕਸਮ ਖਾਏ ਤੇ ਫਲਾਣਾ ਕਰੇ ਫੈਸਲਾ ਹੋ ਗਿਆ ਹੈ ਹਾਂ ਪਹਿਲੇ ਪੈਸੇ ਦੇਣ ਕੇਸ ਉਹ ਖਤਮ ਨਵੀਂ ਕੋ ਕਰਨੀ ਨਹੀਂ ਤੇ ਨਵੇਂ ਸਿਰੋਂ ਕੇਸ ਬਣਾ ਕੇ ਨਵੇਂ ਦਲਾਏ ਲਿਆ ਕੇ ਨਵਾਂ ਜੱਜ ਕਰਕੇ ਨਵੀਆਂ ਸ਼ਰਤਾਂ ਰੱਖ ਕੇ ਘੋਰ ਕੇਸ ਫਿਰ ਦੁਬਾਰਾ ਕਰ ਲੈਣ ਲੇਕਿਨ ਪਹਿਲੇ ਕੇਸ ਦੀਆਂ ਪਹਿਲੇ ਪੈਸੇ ਲੈਣੇ ਨੇ ਤੇ ਤਾਂ ਗੱਲ ਚੱਲਣੀ ਹੈ ਕੋਈ ਰਿਵਿਊ ਨਹੀਂ ਕੋਈ ਨਵਾਂ ਕੇਸ ਨਹੀਂ ਕੋਈ ਦਲਾਇਲ ਨਹੀਂ ਇਸ ਤੋਂ ਤੁਸੀਂ ਪਲੀਜ਼ ਹੁਣ ਤੁਸੀਂ ਨਹੀਂ ਹਲਣਾ ਦੇਖੋ ਜੀ 2 ਲੱਖ ਦੀ ਨਵੀਂ ਸ਼ਰਤ ਲੱਗ ਗਈ ਅਮਰ ਭਾਈ ਛੱਡੋ ਸਾਰੇ ਚੁੱਪ ਪਹਿਲੇ 1 ਲੱਖ ਜਮ੍ਹਾਂ ਕਰਾ ਇੱਕ ਮਿੰਟ ਅਮਰ ਭਾਈ ਆਵਾਜ਼ ਆ ਰਹੀ ਹੈ ਅਗਰ ਆਪਨੇ ਉਨਕੇ ਹੱਕ ਮੇ ਫੈਸਲਾ ਦਿਆ ਕਿ ਹਮਾਰੇ ਅਕਲੀ ਦਲਾਇਲ ਸੁਣਨੇ ਕੇ ਬਾਅਦ ਅਗਰ ਆਪਨੇ ਉਨਕੇ ਹੱਕ ਮੇ ਫੈਸਲਾ ਦਿਆ ਤੋ 2 ਲੱਖ ਮੈਂ ਦੂੰਗਾ ਔਰ ਅਗਰ ਆਪ ਫੈਸਲਾ ਹਮਾਰੇ ਹੱਕ ਮੇ ਦਿਆ ਤੋ ਜੋ ਪਹਿਲੇ ਆਪਨੇ ਫੈਸਲਾ ਦਿਆ ਹੈ ਉਹ ਫੈਸਲਾ ਦਿਆ ਹੈ ਉਹ ਮਨਸੂਖ ਸਮਝਿਆ ਜਾਏਗਾ ਔਰ ਆਪ ਹਮੇ ਮਾਂ ਸੇ 2 ਲੱਖ ਰੁਪਏ ਲੈ ਦੇਂਗੇ ਨਹੀਂ ਨਹੀਂ ਮੈਂ ਮੇਰੀ ਬਾਤ ਸੁਣੇ ਤਲਾ ਸਾਹਿਬ ਮਲਕ 2 ਲੱਖ ਮੰਗਦਾ ਕਹਿੰਦਾ ਨਹੀਂ ਪਿਆਰ ਹੈ ਆਪਕੋ ਯਕੀਨ ਹੈ ਆਪਕੋ ਇਮਾਨੀਅਤ ਨਜ਼ਰ ਆ ਰਹੀ ਹੈ ਆਪਕੀ ਆਪਣਾ ਆਪਕਾ ਮੁਖਲਸਪਨ ਨਜ਼ਰ ਆ ਰਹਾ ਹੈ ਇਸ ਚੀਜ਼ ਮੇ ਉਹ 2 ਲੱਖ ਮੰਗਦਾ ਪਿਆ ਮਲਕ ਆਵਾਮ ਦੇ ਉਧਰੋਂ ਫਸਾਣ ਲੈ ਪੜ ਜਾਏਗੇ ਨਾ ਠੀਕ ਹੈ ਚਿੱਕੜ ਪੜ ਜਾਏਗਾ ਇਸ ਮੇ ਆਪ ਇਹ ਬਾਤ ਸੇ ਨਾ ਚਿੱਕੜ ਪੜ ਜਾਏਗਾ ਚਿੱਕੜ ਕਿਉਂਕਿ ਇਸ ਮੇ ਹੋਰ ਗੁੰਝਲ ਪੜ ਜਾਏਗੇ ਇਸੇ ਲਈ ਜਿਸ ਜਹਾਂ ਤੱਕ ਹੈ ਬਾਤ ਵਹੀਂ ਤੱਕ ਰਹਿਣੇ ਦੇ ਕਿਉਂਕਿ ਅਗਰ ਆਪਨੇ ਮੈਂ ਆਪਕੋ ਬਤਾ ਰਹਾ ਹੂੰ ਨਾ ਕਿਉਂਕਿ ਉਹ ਇਹ ਚਾਹ ਰਹੇ ਹੈ ਅਸਲਾਮ ਅਲੈਕਮ ਪੀਰ ਸਾਹਿਬ ਆਏ ਹਨ ਪੀਰ ਸਾਹਿਬ ਕੀ ਹਾਲ ਹੈ ਹਦੀਅਤ ਹੈ ਠੀਕ ਠਾਕ ਹੈ ਪੀਰ ਸਾਹਿਬ ਮਾਈਕ ਓਪਨ ਕਰੇ ਮਾਈਕ ਪਟੋ ਪੀਰ ਸਾਹਿਬ ਭਾਰ ਪਾਓ ਲੱਤਾਂ ਦੇ ਵਾਲੇਕੁਮ ਸਲਾਮ ਅਲਹਮਦੁਲਿਲਾ ਸਲਾਮ ਵਾਲੇਕੁਮ ਰਹਿਮਤੁਲਲਾ ਹੈ ਅਲਹਮਦੁਲਿਲਾ ਠੀਕ ਹੋ ਅਲਹਮਦੁਲਿਲਾ ਯਾ ਸ਼ੇਖ ਕੀ ਹਾਲ ਯਾ ਸਫੀ ਮੂਜ਼ਨ ਸ਼ਫਾਜ਼ਾ ਜਿੰਨਾਂ ਕੋਲ ਲੱਖ ਦੇਣ ਨਹੀਂ ਹੁੰਦਾ ਉਹਨਾਂ 2 ਲੱਖ ਦੇਣੇ ਮੈਂ ਇਹ ਗੱਲਾਂ ਨੇ ਜ਼ਬਾਨੀ ਗਰੰਟੀ ਪਹਿਲਾਂ ਲੱਖ ਦੇਣਾ ਤੇ ਫਿਰ 2 ਲੱਖ ਦੀ ਗੱਲ ਕਰ ਲੈ ਫਿਰ ਨਵੀਂ ਸ਼ਰਤ ਲਾ ਲੈਣੇ ਆ ਉਹ ਉਸੇ ਕੇਸ ਤੇ ਫਿਰ ਨਵੀਂ ਸ਼ਰਤ ਲਾ ਕੇ ਫਿਰ ਕੇਸ ਦੁਬਾਰਾ ਲਾ ਲਓ ਲੇਕਿਨ ਪਹਿਲਾਂ ਲੱਖ ਤੇ ਆਵੇ ਨਾ ਤੇ ਬਾਅਦ ਵੀ ਦੇਖੀ ਜਾਏ ਫਿਰ ਕੀ ਹੁੰਦਾ ਬਾਅਦ ਚ ਫੈਸਲਾ ਆਉਣਾ ਹੈ 600 ਯੂਰੋ ਦਾ ਹੁਣ ਕੀ ਇਹ ਦੇ ਮਗਰ ਹੀ ਭਜਦੇ ਰਹੀਏ ਬਿਲਕੁਲ ਬਿਲਕੁਲ ਪਹਿਲਾਂ ਲੱਖ ਦੇਣ ਫਿਰ 600 ਯੂਰੋ ਵਾਲੀ ਗੱਲ ਹੋਏਗੀ ਕਲੀਅਰ ਫਿਰ ਬਾਅਦ ਚ 2 ਲੱਖ ਵਾਲੀ ਗੱਲ ਸ਼ੁਰੂ ਹੋਏਗੀ ਫਿਰ ਇਸੇ ਕੇਸ ਬਿਲਕੁਲ ਮਨਸੂਖ ਸਮਝਿਆ ਜਾਏਗਾ ਔਰ ਇਹ ਜੋ ਆਪ ਨਿਆ ਫੈਸਲਾ ਦੇਂਗੇ ਇਹ ਕਬੂਲ ਅਗਰ ਅਗਰ ਆਪਨੇ ਉਨਕੇ ਹੱਕ ਮੇ ਦੇ ਦਿਆ ਤੋ ਕੇਸ ਹੋ ਇੱਕ ਔਰ ਮਤਲਬ ਉਨਕੇ ਹੱਕ ਮੇ ਯਾਨੀ ਕਹਿਣਾ ਹੋਗਾ ਤੋ ਮੈਂ ਆਖਰੀ ਆਪਸ਼ਨ ਦੇ ਇਹ 2 ਲੱਖ ਕੀ ਆਪਨੇ ਕੀ ਕੀ ਇਹ ਮੁਝੇ ਸਮਝ ਨਹੀਂ ਆਈ ਆਪ ਜੋ
لیکن ٹھیک ہے تب ملک صاحب کوئی نہیں اس کی ضرورت نہیں ہے ویسے ٹھیک ہے کیونکہ ہم میں اچھا آپ کہہ رہے ہیں کہ یہ تعارف سے منسوخ ہو جائے گا 2 لاکھ روپے اگر ہم جیت گئے تو وہ ہمیں 2 لاکھ ان سے لے کر دیں گے نوی گل سن لو جی اسی جی جی تو 2 لاکھ دو کیس اہی ریویو کروا رہے تھی کروا رہے تو آئی 2 لاکھ دینا جی تھی جیت جانے تو تمہیں 1 لاکھ ملے گا یہ کہڑے سلوک پہ طے کرتے کلے بہ کے ویسے جج سے دباؤ پا کے فیصلہ ورز کرنا یہ تو ویسے ہی کئی جرم انہوں نے یہ جرمانہ لگنا چاہیے کہ تھی جج کو گھیر کے دباؤ پا رہے ہو کہ یہ کتنے کا قانون ہے یہ جرمانہ ہونا چاہیے نہ تو جج سے دباؤ ہونا چاہیے نہ تو جج سے دباؤ نہیں دباؤ کوئی گل نہیں ہے اسی کدی پار نہیں چکے انہیں مرضیت کہندے نے ਕਸਮਾਂ ਕਦੇ ਕਹਿੰਦੇ ਚੁੱਕੋ ਤੇ ਕਦੇ ਕੋਈ ਕੋਈ ਗੱਲ ਨਹੀਂ ਮੈਨੂੰ ਦੋ ਪਹਿਲਾਂ ਲੱਖ ਦੇਣ ਦੂਜੀਆਂ ਗੱਲਾਂ ਬਾਅਦ ਦੇਖੀ ਜਾਏਗੀ ਕੀ ਹੋਣਾ ਤੇ ਕੀ ਨਹੀਂ ਹੋਣਾ ਉਹ ਫਿਰ ਨਵੀਆਂ ਸ਼ਰਤਾਂ ਸੁਹਾਸਾ ਬੋਲਣਾ ਕਿਨੇ ਉਹਨੇ ਕਿਹਾ ਕੋਈ ਨਵਾਂ ਹੈ ਵੇ ਉਹ ਦੱਸੋ ਨਵਾਂ ਸੱਟ ਸੁਣਨੀ ਜੇ ਮੁੰਡਿਓ ਸੁਣਾਓ 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 ਤੁਸੀਂ ਸੁਣਾਓ ਕਰਨਾ ਕਿੱਥੇ ਕਿੱਥੇ ਮੈਂ ਆਪਣੀ ਮਾਂ ਦੇ ਸਬਕਾਂ ਨੂੰ ਯਾਦ ਕਰਨਾ ਮੇਰੀ ਮਾਂ ਕਹਿੰਦੀ ਸੀ ਪੁੱਤਰ ਜਿਹਦੀ ਛਾਇਆ ਜਾਏ ਉਹਦਾ ਇਮਾਨ ਜਾਂਦਾ ਉਹ ਜਿਹੜੇ ਤਲਤ ਜ਼ਹੂਰ ਮਲਕ ਨੂੰ ਮੈਂ ਕਹਿਣ ਲੱਗਾ ਸੀ ਇਹ ਬੰਦਾ ਇਹ ਜਮਾਤ 'ਚੋਂ ਇਹ ਬੰਦਾ ਹੈ ਉਹ ਵੀ ਉਹਨਾਂ ਦੇ ਨਾਲ ਰਲ ਕੇ ਅਤੇ ਸਾਰੇ ਗਿੱਟਿਓ ਪੈ ਗਏ ਨੇ ਤਾਰਕ ਚੌਹਾਨ ਸਾਹਿਬ ਨੂੰ ਜੀ 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 ਰਿਕਾਰਡਿੰਗ ਕੀਤੀ ਸਾਰੇ ਗਿੱਟਿਓ ਪੈ ਗਏ ਨੇ ਤੇ ਸਾਰੇ ਉੱਥੇ ਜ਼ੋਰ ਪੇ ਮਾਰਦੇ ਨੇ ਤਾਂ ਕਿ ਜਵਾਰੀਆਂ ਆ ਰਹੇ ਹੁੰਦੇ ਨੇ ਫਿਰ 2 ਲੱਖ ਹੁਣ ਦੇਵਾਂਗੇ ਨਵੇਂ ਸਿਰ ਅੱਗੇ ਇਹ ਸੁਣਾਈ ਹੈ ਨਾ ਹੁਣੇ ਸਾਰੀ ਇਹਨਾਂ ਨੂੰ ਮੈਂ ਸੁਣਾਈ ਹੈ ਲਾਈਫ ਅਮਰ ਬਾਈ ਉਹਨਾਂ ਦੇ ਸਾਰੇ ਕਰਤੂਤ ਇੱਥੇ ਲਾਈਫ ਤੇ ਚਲਾ ਕੇ ਮਾਰਨੇ ਪਏ ਆ ਕੋਈ ਵੀ ਮਨਾਦਰਾ ਹੁੰਦਾ ਨਾ ਮੈਂ ਉਹਦੀ ਗੱਲ ਪਹਿਲੇ ਤੈਅ ਹੁੰਦੀਆਂ ਨੇ ਤੋ ਮਰਜ਼ਾਈਆਂ ਦੀ ਗੱਲ ਸੁਣ ਕੇ ਤੇ ਆਪਣੀ ਵਾਲਦਾ ਦੀ ਗੱਲ ਯਾਦ ਕਰਨਾ ਪਿਆ ਤੇ ਮੈਂ ਪਿਆਨਾ ਭਾਈ ਸਹੀ ਉਹਨੇ ਲਿਖਿਆ ਸੀ ਨਾ ਮੇਰੀ ਨੇ ਮੈਨੂੰ ਲੱਖਾਂ ਸਬਕ ਸਿਖਾ ਦਿੱਤੇ ਕਿੰਜ ਪੜ੍ਹਨੇ ਚਿਹਰੇ ਲੋਕਾਂ ਦੇ ਹੌਲੀ ਹੌਲੀ ਸਭ ਸਮਝਾ ਦਿੱਤੇ ਸਹੀ ਟੋਨੀ ਸਾਹਿਬ ਆਏ ਨੇ ਉੱਤੇ ਲਵੋ ਨਾ ਟੋਨੀ ਸਾਹਿਬ ਨੂੰ ਅੱਜ ਆਪਣਾ ਯਸ਼ਵੀ ਬਾਈ ਜਿਹਦੀ ਸ਼ਹਿ ਜਾਏ ਉਹਦੇ ਪੱਲੇ ਕੱਖ ਨਹੀਂ ਰਹਿੰਦਾ ਉਹ ਹਰ ਸ਼ਹਿਰ ਨੂੰ ਚੋਰ ਹਰ ਬੰਦੇ ਨੂੰ ਚੋਰ ਪਿਆ ਆਖਦਾ ਉਹਦੇ ਪੱਲੇ ਕੱਖ ਨਹੀਂ ਰਹਿੰਦਾ ਮਰਜ਼ਾਈਆਂ ਦੇ ਪੱਲੇ ਅੱਜ ਕੱਖ ਨਹੀਂ ਰਿਹਾ ਕੋੜੇ ਦਿਓ ਪੁੱਤਰੋ ਤੁਸੀਂ ਇਕੱਲੇ ਉਸ ਨੂੰ ਅੱਗੇ ਕਰਕੇ ਤੇ ਆਪਣਾ ਦਾਮਨ ਸਾਫ਼ ਰੱਖੋ ਲੇਕਿਨ ਸਾਰੀ ਮਰਜ਼ਾਈ ਵੜ ਗਈ ਹੈ ਕਹਾਣੀ ਵਿੱਚ ਉਸ ਚਿੱਕੜ ਦੇ ਵਿੱਚ ਸਾਰੀ ਮਰਜ਼ਾਈ ਤੇ ਵੜ ਗਈ ਹੈ ਕਮ ਅਜ਼ ਕਮ ਉੱਥੇ 70-80 ਬੰਦੇ ਬੈਠੇ ਨੇ ਤੇ ਗਿੱਟਿਓ ਪੈ ਗਏ ਨੇ ਚੌਹਾਨ ਸਾਹਿਬ ਨੂੰ ਚੌਹਾਨ ਸਾਹਿਬ ਕਿਸੇ ਤਰ੍ਹਾਂ ਕੋਈ ਕਰੋ ਕਿਸੇ ਤਰ੍ਹਾਂ ਕੁਝ ਕਰੋ ਫਿਟੇ ਮੂੰਹ ਐਸੀ ਕੌਮ ਦੇ ਯਾਰ ਐਸੀ ਗਿਰੀ ਹੋਈ ਕੌਮ ਅੱਲਾ ਦੀ ਧਰਤੀ ਤੇ ਪਾਈ ਨਹੀਂ ਜਾਂਦੀ ਜਾਓ ਮੇਰੇ ਕੋਲ ਜਿੱਥੇ ਮਰਜ਼ੀ ਹਲਫ ਲੈ ਲਓ ਖਾਨੇ ਕਾਬੇ ਦੇ ਛੱਤ ਚਾੜ ਕੇ ਮੇਰੇ ਕੋਲ ਹਲਫ ਲੈ ਲਓ ਐਡੀ ਗੰਦੀ ਕੌਮ ਦੁਨੀਆ ਤੇ ਨਹੀਂ ਪਾਈ ਜਾਂਦੀ ਐਡੀ ਗਿਰੀ ਹੋਈ ਕੌਮ
ਇੱਕ ਵੀ ਬਾਸੂਲ ਆਦਮੀ ਨਹੀਂ ਇਹਨਾਂ ਚ ਹੈ ਕਿ ਬਈ ਠੀਕ ਹੈ ਇਸ ਗੱਲ ਨੂੰ ਛੱਡ ਦਿਓ ਜਿਹੜਾ ਹੋਣਾ ਸੀ ਹੋ ਗਿਆ ਐਡਾ ਬੇਵਕੂਫ ਕੌਣ ਹੈ ਜਿਹੜਾ ਹੁਣ ਦੁਬਾਰਾ ਤੁਹਾਡੇ ਨਾਲ ਦੁਬਾਰਾ ਛਿੰਝ ਪਾਏਗਾ ਅਸੀਂ ਉਹ ਹਾਂ ਸਾਡੀ ਉੱਥੇ ਨਾ ਘੋੜੀਆਂ ਦੀ ਦੌੜ ਲੱਗ ਗਈ ਪਾਕਿਸਤਾਨ ਹੁਣ ਗੱਲਾਂ ਕਰਨ ਵਾਲੀਆਂ ਤਾਂ ਨਹੀਂ ਨਾ ਇੱਥੇ ਮਜ਼ਹਬ ਦੀ ਦੁਨੀਆ ਵਿੱਚ ਪਰ ਇੱਕ ਮਿਸਾਲ ਦੇਣ ਵਾਸਤੇ ਮੈਂ ਦੱਸਣ ਲੱਗਾ ਘੋੜੀ ਗਈ ਜਿੱਤ ਗਈ ਬਾਈ ਚਾਂਸ ਕਿਉਂਕਿ ਸਾਡੀ ਘੋੜੀ ਆ ਬਾਵਜੂਦ ਇਸ ਤੇ ਕਮਜ਼ੋਰ ਸੀ ਅਮਰ ਬਾਈ ਚੌਹਾਨ ਸਾਹਿਬ ਦੀ ਗੱਲ ਸੁਣੀ ਹੋ ਚੌਹਾਨ ਸਾਹਿਬ ਨੀ ਉਹਨਾਂ ਦੇ ਕਾਬੂ ਆਉਂਦੇ ਉਹ ਬੰਦੇ ਦੁਬਾਰਾ ਆਏ ਉਹਨਾਂ ਕਿਹਾ ਦੁਬਾਰਾ ਘੋੜੀ ਆਈ ਜਿੰਝ ਮਰਜ਼ਾਈ ਨੀ ਅੱਜ ਲੱਗੇ ਉਹ ਵੀ ਮਠਿਆਈ ਲੈ ਕੇ ਸਾਡੇ ਘਰ ਆ ਗਏ ਕਿ ਜਨਾਬ ਤੁਹਾਨੂੰ ਮੁਬਾਰਕ ਹੋਵੇ ਤੁਹਾਡੀ ਘੋੜੀ ਜਿੱਤ ਗਈ ਹੈ ਤੇ ਅਗਲੇ ਐਤਵਾਰ ਫਿਰ ਸਾਡੀ ਜਿਹੜੀ ਦੂਜੀ ਘੋੜੀ ਉਹਦੇ ਨਾਲ ਦੌੜਨੀ ਚਾਹੀਦੀ ਸਾਡਾ ਇੱਕ ਯਾਰ ਸੀ ਉਹਨੇ ਆਖਿਆ ਗੱਲ ਸੁਣੋ ਆਮਦਾ ਜੇ ਪਿਓ ਫਲਾਣੇ ਤੇ ਉਹਨਾਂ ਨੂੰ ਦੂਰੋਂ ਹੀ ਆਖਿਓ ਅਸੀਂ ਲੰਗੋਟਾ ਹੀ ਲਾ ਛੜਿਆ ਸਿਆਣੇ ਭਲਵਾਨ ਹੁੰਦੇ ਨੇ ਘੁਲ ਕੇ ਆਉਂਦੇ ਨੇ ਅਸੀਂ ਲੰਗੋਟਾ ਹੀ ਲਾ ਛੜਿਆ ਉਹ ਆਏ ਤੇ ਸਾਡਾ ਉਹ ਯਾਰ ਸੀ ਜਿਹੜਾ ਘੋੜੀ ਵਾਲਾ ਉਹਨੇ ਆਖਿਆ ਮੈਂ ਤੇ ਘੋੜੀ ਕੱਲ੍ਹ ਦੀ ਗੱਬਣ ਕਰਾ ਛੜੀ ਮੈਂ ਤੇ ਹੁਣ ਘੋੜੀ ਦੌੜਾਣੀ ਨਹੀਂ ਹੈ ਮਤਲਬ ਜਿੱਤ ਕੇ ਕੌਣ ਦੌੜਦਾ ਦੁਬਾਰਾ ਏਡੇ ਬੇਵਕੂਫ ਤੇ ਐਡੀ ਜਾਹਿਲ ਕੌਮ ਹੈ ਇਹਨਾਂ ਨੂੰ ਇਹ ਨਹੀਂ ਪਤਾ ਕਿ ਤੁਸੀਂ ਹੁਣ ਸਿਰ ਪਰ ਦੇ ਹੋ ਕੇ ਲੱਗੇ ਆਵੋ ਨਾ ਚੌਹਾਨ ਸਾਹਿਬ ਦੀ ਕੰਨ ਪੱਟੀ ਤੇ ਪਿਸਟਲ ਰੱਖ ਕੇ ਉਹਨਾਂ ਕੋਲੋਂ ਫੈਸਲਾ ਚੇਂਜ ਕਰਾ ਕੇ ਲੱਗੇ ਆਵੋ ਤਾਂ ਵੀ ਇੱਥੇ ਹੁਣ ਤੁਹਾਡੇ ਨਾਲ ਇਸ ਮੌਜੂਦ ਤੇ ਕਿਸੇ ਬਹਿਸ ਨਹੀਂ ਕਰਨੀ ਪਾਗਲ ਦੇ ਪੁੱਤਰੋ ਕਾਹਨੂੰ ਆਪਣਾ ਆਪ ਗੰਦਾ ਕਰਨ ਲੱਗੇ ਇੱਕ ਨੂੰ ਸਮਝਾਇਆ ਵੀ ਆਪਣਾ ਆਪ ਗੰਦਾ ਨਾ ਕਰ ਉੱਥੇ ਸਾਰੀ ਜਮਾਤ ਹੀ ਗੰਦੀ ਹੋਈ ਪਈ ਸਾਰੀ ਮਿਰਜ਼ਾਈ ਹੀ ਗੰਦੀ ਹੋਈ ਪਈ ਅਮਰ ਭਾਈ ਇਹ ਇਹਨਾਂ ਦੀ ਹਿਸਟਰੀ ਹੈ ਹਿਸਟਰੀ ਹੈ ਕੋਈ ਨਵੀਂ ਗੱਲ ਥੋੜਾ ਵੇ ਕੋਈ ਨਵੀਂ ਗੱਲ ਥੋੜਾ ਵੇ ਮਤਲਬ ਕੈਸਰ ਸਾਹਿਬ ਕਹਿੰਦੇ ਹੁੰਦੇ ਨੇ ਜੇ ਇਹਨਾਂ ਚ ਅਕਲ ਹੁੰਦੀ ਨਾ ਇਹ ਕਦੀ ਮਰਜ਼ਈ ਨਾ ਹੁੰਦੇ ਉਹ ਬੇਅਕਲੇ ਹੋ ਪੂਰੀ ਜਮਾਤ ਪੇ ਗੰਦੇ ਪੇ ਕਰਦੇ ਹੋ ਅੱਲਾਹ ਵਾਲਿਓ ਤੁਹਾਡਾ ਕੰਮ ਬਣਦਾ ਸੀ ਜੁੱਤੀ ਲਾ ਕੇ ਦੋ ਚਿਹਰਾ ਉਹਦੇ ਸਿਰ ਦੇ ਵਿੱਚ ਸੱਟਦੇ ਉਹਨੂੰ ਕਹਿੰਦੇ ਨਗਲਿਆ ਜਦੋਂ ਤੇਰੇ ਪੱਲੇ ਕੱਖ ਨਹੀਂ ਸੀ ਹੈ ਤੇ ਤੂੰ ਕਿਉਂ ਅੱਡੀ ਛਾਲ ਮਾਰੀ ਸੀ ਬੇਵਕੂਫਾ ਨਾਲੇ ਸਾਨੂੰ ਆ ਕੇ ਕਹਿੰਦੇ ਬਿਲਕੁਲ ਸਹੀ ਕੀਤਾ ਤੁਸੀਂ ਇਹਦੇ ਕੋਲ ਲਵੋ ਲੱਖ ਰੁਪਏ ਨੇ 2 ਲੱਖ ਲੈਣਾ ਸੀ ਤੁਹਾਡੇ ਵਕਾਰ ਇਸ ਤਰ੍ਹਾਂ ਬਣਨਾ ਸੀ ਤੁਸੀਂ ਜਿਹੜੇ ਇਹ ਨਾਲ ਆਪਣੇ ਸਿਰ ਦੇ ਉੱਤੇ ਜੁੱਤੀਆਂ ਉਹਦੇ ਹਿੱਸੇ ਦੀ ਆਪਣੇ ਸਿਰ ਤੇ ਪੇ ਖਾਂਦੇ ਹੋ ਨਾ ਬੇਵਕੂਫੋ ਮੈਂ ਹੁਣ ਕੀ ਕਹਾਂ ਤੁਹਾਨੂੰ ਬੇਵਕੂਫੋ ਤੁਹਾਡਾ ਕੰਮ ਬਣਦਾ ਸੀ ਤੁਸੀਂ ਇਹ ਕਹਿੰਦੇ ਭਾਈ ਵਾਲਾ ਫੜੋ 1 ਲੱਖ ਰੁਪਈਆ ਤੇ ਖਬਰਦਾਰ ਅੱਜ ਤੋਂ ਬਾਅਦ ਅਸੀਂ ਇਹਦੇ ਕੋਲ ਕਰਾੜ ਦੇ ਕੋਈ ਜ਼ਿੰਮੇਦਾਰ ਨਹੀਂ ਜੇ ਜਿਹਨੇ ਕੋਈ ਗੱਲ ਕੀਤੀ ਜਾਂ ਕੀਤੀ ਸਾਨੂੰ ਤੁਸੀਂ ਨਹੀਂ ਕਹਿਣਾ ਆ ਕੇ ਤੁਸੀਂ ਉਹਦੇ ਨਾਲ ਹਿੱਸੇਦਾਰ ਪੇ ਬਣਦੇ ਹੋ ਲਾਂਤੀ ਹੋ ਸਾਰਿਆਂ ਨੇ ਮੈਂ ਪਹਿਲਾਂ ਸਾਰੀ ਮਰਜ਼ਾਈ ਹੈ ਉੱਥੇ 70 ਅਮਰ ਭਾਈ ਘਰ ਆ ਗਏ ਕਿੰਨੇ ਵਜੇ ਆਣਾ ਜੀ ਘਰ ਮੈਂ ਤੇ ਮੋਦਨਾ ਵਾਂ ਪੁੱਤਰ ਮੋਦਨਾ ਤੇ ਬ੍ਰੇਸ਼ੇ ਪਤਾ ਕਿੰਨੇ ਕਿਲੋਮੀਟਰ 2 ਘੰਟੇ ਦੀ ਡਰਾਈਵ ਨਿਕਲਿਆ ਹੁੰਦਾ ਵੱਲਾ ਸਾਰੀ ਮਰਜ਼ਾਈਤ ਜਿਹੜੀ ਹੈ ਨਾ ਹੁਣ ਬੁਲਾਓ ਉਹਨਾਂ ਅਕਬਰ ਖਾਨ ਸਾਹਿਬ ਨੂੰ ਤੇ ਹੁਣ ਉਹਨਾਂ ਨੂੰ ਆਖੋ ਜਿਹੜਾ ਮੰਤਰੀ ਜੀ ਕਮੈਂਟ ਕਰ ਲਓ ਮੈਂ ਉਹਨੂੰ ਰੋਕਦਾ ਰਿਹਾ ਨਾ ਕੋਈ ਇਹੋ ਜਿਹਾ ਕਮੈਂਟ ਕਰਿਓ ਟੋਨੀ ਸਾਹਿਬ ਵੱਲਾ ਤੁਹਾਡੇ 'ਚ ਕੋਈ ਨਹੀਂ ਬੰਦਾ ਹੈ ਸਾਰੀਆਂ ਝੂਠਾ ਹੋ ਅਕਲਮੰਦ ਕੋਈ ਨਹੀਂ ਨਾ ਮੇਰਾ ਕਹਿਣ ਦਾ ਮਕਸਦ ਹੈ ਕਿ ਤੁਸੀਂ ਆਪਣੇ ਆਪ ਦੁਸ਼ਮਣ ਹੋ ਤੁਹਾਡੇ 'ਚ ਇੱਕ ਵੀ ਬੰਦਾ ਸਮਝਦਾਰ ਨਹੀਂ ਹੈ ਜੇ ਇੱਕ ਵੀ ਬੰਦਾ ਸਮਝਦਾ ਮੈਂ ਤਾਂ ਉਹਨੂੰ ਤਲਤ ਨੂੰ ਸਮਝਿਆ ਕਿ ਉਹ ਸਿਆਣਾ ਹੈ ਤੇ ਉਹਦੇ ਕੋਲ ਮੈਂ ਗੱਲ ਕਰਾਈ ਹੈ ਤੇ ਉਹਨੂੰ ਵੀ ਉੱਥੇ ਜਾ ਤੁਹਾਨੂੰ ਗਾਲਾਂ ਕੱਢਦੇ ਨੇ ਬਾਅਦ ਤੁਸੀਂ ਉੱਤੇ ਚੜ ਜਾਂਦੇ ਹੋ ਪਹਿਲੇ ਗਾਲਾਂ ਕੱਢਦੇ ਰਹੇ ਨੇ ਸਾਰੇ ਜੋ ਮਰਜ਼ੀ ਹੋ ਜਾਂਦੇ ਨੇ ਮਤਲਬ ਅਵਾਨ ਵੀ ਕਹਿੰਦਾ ਪਿਆ ਸਾਨੂੰ ਪਹਿਲਾਂ ਹੀ ਪਤਾ ਸੀ ਇਹਨੇ ਇਹੀ ਫੈਸਲਾ ਦੇਣਾ ਤੇ ਹੁਣ ਉਹ ਦੁਬਾਰਾ ਉਹਦੇ ਭੈੜੀ ਪੈਂਦੇ ਪਏ ਨੇ ਮਤਲਬ ਚੌਹਾਨ ਸਾਹਿਬ ਦੇ
1912 ਤੋਂ ਬਾਅਦ 2006 ਵਿੱਚ 112 ਸਾਲ ਬਾਅਦ ਤਾਰੀਖ ਦਰਾ ਕੱਤੀ ਹੈ ਜੱਜ ਮੱਲ ਕੇ ਆਪਣੀ ਮਰਜ਼ੀ ਦਾ ਬਚਨ ਸਿੰਘ ਤੋਂ ਬਾਅਦ ਆਪਣੀ ਮਰਜ਼ੀ ਦਾ ਜੱਜ ਮੰਨ ਕੇ ਮਰਜ਼ਾਈਆਂ ਕਰਵਾ ਲਿਆ ਮੂੰਹ ਕਾਲਾ ਉਹ ਇਹ ਟਿਕ ਟਕ ਛੱਡ ਜਾਓ ਤਲੀ ਕਰਕੇ ਝੋਲੀ ਕਰਕੇ ਖੈਰ ਮੰਗ ਸ਼ੁਰੂ ਹੋ ਗਏ ਟੋਨੀ ਸਾਹਿਬ ਆ ਜਾਓ ਉੱਤੇ ਤੁਸੀਂ ਕਾਫੀ ਦੇਰ ਦੇ ਥੱਲੇ ਬੈਠੇ ਹੋ ਟੋਨੀ ਸਾਹਿਬ ਉੱਤੇ ਆ ਕੇ ਥੱਲੇ ਜੋ ਤੁਸੀਂ ਲਿਖਦੇ ਪਏ ਉੱਤੇ ਆ ਕੇ ਗੱਲ ਕਰੋ ਅੱਜ ਮੌਕਾ ਹੈ ਤੁਹਾਡੇ ਕੋਲ ਗੱਲ ਕਰਨ ਦਾ ਅੱਜ ਤੇ ਇਨਸਾਫ਼ ਦੀ ਗੱਲ ਕਰ ਦਿਓ ਕਮ ਅਜ਼ ਕਮ ਅੱਜ ਤੇ ਆਪਣਾ ਸ਼ਿਮਲਾ ਉੱਚਾ ਕਰ ਲਵੋ ਆ ਕੇ ਕਹਿ ਦਿਓ ਕਿ ਯਾਰ ਠੀਕ ਹੈ ਜਿਹਨੇ ਇਨਸਾਫ਼ ਦੀ ਗੱਲ ਕਰ ਦਿੱਤੀ ਹੈ ਨਿਆਂ ਉਹਨੇ ਕਰ ਦਿੱਤਾ ਬਾ ਠੀਕ ਹੈ ਮੰਨ ਲਓ ਸੱਚਾ ਝੂਠਾ ਜੋ ਵੀ ਹੈ ਹੋਵੇ ਮਰਜ਼ਾਈ ਤੇ ਕਬੂਲ ਕਰ ਲਵੇ ਕਿਵੇਂ ਹੋ ਸਕਦਾ ਕਰ ਲਵੇ ਕਿਵੇਂ ਹੋ ਸਕਦਾ ਟੋਨੀ ਤੇ ਪੱਕਾ ਦੁਸ਼ਮਣ ਹੈ ਦੁਸ਼ਮਣ ਨਹੀਂ ਦੁਸ਼ਮਣੀ ਹੋਵੇ ਆਪਣੀ ਜਗ੍ਹਾ ਦੇ ਉੱਤੇ ਦੇਖੋ ਗੱਲ ਇਨਸਾਫ਼ ਦੀ ਕਰਨੀ ਚਾਹੀਦੀ ਬਾਹਰ ਬਹਿ ਕੇ ਜਦੋਂ ਬੰਦਾ ਮੈਚ ਵੇਖਦਾ ਹੁੰਦਾ ਨਾ ਤੇ ਬਾਹਰ ਬਹਿ ਕੇ ਮੈਚ ਬੜਾ ਸੋਹਣਾ ਨਜ਼ਰ ਆ ਰਿਹਾ ਹੁੰਦਾ ਹੁਣ ਅਗਰ ਟੋਨੀ ਸਾਹਿਬ ਤੁਸੀਂ ਅਗਰ ਇਸ ਚੀਜ਼ ਦੀ ਇਨਸਾਫ਼ ਗੱਲ ਕਰਦੇ ਹੋ ਕਿ ਚੌਹਾਨ ਸਾਹਿਬ ਨੂੰ ਚੁਣਿਆ ਵੀ ਤੁਸੀਂ ਹੈ ਸਾਡਾ ਨੋਮੀਨੇਟ ਕੀਤਾ ਬੰਦਾ ਨਹੀਂ ਸੀ ਹੈ ਤਾਰਿਕ ਚੌਹਾਨ ਜੀ ਜੀ ਤਾਰਿਕ ਚੌਹਾਨ ਸਾਹਿਬ ਸਾਡੇ ਨੋਮੀਨੇਟਡ ਨਹੀਂ ਸੀ ਹੈ ਤੁਸਾਂ ਉਹਨਾਂ ਨੂੰ ਚੂਜ਼ ਕੀਤਾ ਅਸਾਂ ਤੁਹਾਡੀ ਗੱਲ ਦੇ ਉੱਤੇ ਆਮਿਨ ਕੀਤਾ ਅਸੀਂ ਕਿਹਾ ਠੀਕ ਹੈ ਜੀ ਸਾਨੂੰ ਮਨਜ਼ੂਰ ਹੈ ਲੇਕਿਨ ਉਸ ਬੰਦੇ ਦੇ ਕੋਲੋਂ ਫੈਸਲੇ ਲੈਣ ਦੇ ਬਾਵਜੂਦ ਤੁਸੀਂ ਅੜੀ ਕਰਦੇ ਪਏ ਹੋ ਇਹ ਕੋਈ ਇਨਸਾਫ਼ ਦੀ ਗੱਲ ਨਹੀਂ ਹੈ ਉੱਤੇ ਆ ਕੇ ਕਮ ਅਜ਼ ਕਮ ਯੂਸਫੀ ਬਾਈ ਅਮਰ ਬਾਈ ਨੇ ਉਸੇ ਟਾਈਮ ਕਬੂਲ ਨਹੀਂ ਸੀ ਕੀਤਾ ਅਮਰ ਬਾਈ ਨੇ ਫਿਰ ਵੀ ਟਾਈਮ ਲਿਆ ਅਸੀਂ ਤੁਹਾਨੂੰ ਤਾਰਿਕ ਚੌਹਾਨ ਸਾਹਿਬ ਦੇ ਬਾਰੇ ਸੋਚ ਕੇ ਦੱਸਾਂਗੇ ਉਹਨਾਂ ਦੀ ਤਸੀ ਬੰਦਾ ਜੀ ਜੀ ਮੈਂ ਵੀ ਅੱਜ ਕਰ ਰਿਹਾ ਨਾ ਬੰਦਾ ਵੀ ਸੁਣ ਲਓ ਯੂਸਫੀ ਸਾਹਿਬ ਜੀ ਜੀ ਚੰਦਾ ਵੀ ਹਾਂਜੀ ਉਹ ਅੰਮੀ ਦੀ ਗੱਲ ਕਰ ਰਹੇ ਸਨ ਅਮਰ ਬਾਈ ਤੇ ਅੰਮੀ ਦੀ ਗੱਲਾਂ ਤੇ ਹਰ ਇੱਕ ਦੇ ਨਾਲ ਹੀ ਰਹਿੰਦੀਆਂ ਨੇ ਮੈਨੂੰ ਵੀ ਅੰਮੀ ਵਾਲੀ ਇੱਕ ਗੱਲ ਯਾਦ ਆ ਗਈ ਉਹ ਨਾ ਇੱਕ ਹੋਰ ਅਧਿਕਾਰ ਦੀ ਚਲੋ ਗੱਲ ਕਰਦੀ ਕਿ ਮੇਰੇ ਨਾ ਯੂਸਫੀ ਬਾਈ ਮੁਰੱਬੇ ਖਰੀਦੇ ਸਨ ਜ਼ਰਦੇ 'ਚ ਪਾਉਣ ਵਾਲੇ ਉਹ ਪਾਕਿਸਤਾਨ ਨਾ ਛੱਪ ਰਹਿ ਗਿਆ ਮੇਰਾ ਡੱਬਿਆਂ 'ਚ ਬੰਨ ਚਨਿਊਟੋਂ ਖਰੀਦੇ ਸਨ ਉਹ ਕੁਦਰਤ ਦੇਖੋ ਕਿ ਉਹ ਅੱਜ ਸੁਬਾਹ 8 ਵਜੇ ਦੀ ਫਲੈਟ 'ਤੇ ਆਏ ਨੇ ਜ਼ਰਦਾ ਬਣਾਉਣ ਲਈ ਅਤੇ ਉਹ ਮਸਜਿਦ 'ਚ ਅੱਜ ਜਾਣਾ ਹੈ ਜ਼ਰਦਾ ਜ਼ਿਆਦਾ ਸਾਰਾ ਬਣਾ ਕੇ ਅਤੇ ਅੰਮੀ ਦੀ ਗੱਲ ਯਾਦ ਆਈ ਕਿ ਅੰਮੀ ਨੂੰ ਕਹਿਣ ਲੱਗੀਆਂ ਲਜਨਾਤ ਕਿ ਲਾਗੇ ਇੱਕ ਪਿੰਡ ਨੇ ਛੋਟੇ ਛੋਟੇ ਦੇਹਾਤ ਨੇ ਜਿਹੜੇ ਰੱਬਾ ਦਾ ਮੁਹੱਲੇ ਵਕੂ ਜਾਣਦੇ ਨੇ ਛੋਟੇ ਛੋਟੇ ਕਸਬੇ ਨੇ ਬਹੁਤ ਪੁਰਾਣੇ ਪਾਕਿਸਤਾਨ ਬਣਨ ਤੋਂ ਪਹਿਲੇ ਉੱਥੇ ਨਾ ਛੋਟਾ ਜਿਹਾ ਇੱਕ ਹੈ ਆਪਣਾ ਕਸਬਾ ਜਿਹਾ ਹੀ ਛੰਨੀ ਕੁਰੈਸ਼ੀਆਂ ਦੀ ਕਹਿੰਦੇ ਨੇ ਛੰਨੀਆਂ ਕਹਿੰਦੇ ਨੇ ਉੱਥੇ ਵਾਲਦਾ ਦਾ ਆਉਣ ਜਾਣ ਸੀ ਸਾਗ ਵਗੈਰਾ ਲਿਆਉਣਾ ਜੋ ਵੀ ਮਤਲਬ ਸਲਾਮ ਦੁਆ ਸੀ ਉੱਥੇ ਲਜਨਾਤ ਨੇ ਪ੍ਰੋਗਰਾਮ ਬਣਾਇਆ ਕਿ ਉੱਥੇ ਤਬਲੀਗ ਕਰਨ ਚੱਲੀਏ ਉਹਨਾਂ ਨੂੰ ਅਹਿਮਦੀਅਤ ਦਾ ਦਰਸ ਦੇਈਏ ਅਤੇ ਆਪਾਂ ਜਾਣ ਨੂੰ ਨਾਲ ਖੜਦੇ ਹਾਂ
ਯਾਨੀ ਕਿ ਮੇਰੀ ਵਾਲਦਾ ਨੂੰ ਨਾ ਅੰਮੀ ਨੂੰ ਇੱਜ਼ਤ ਨਾਲ ਸਾਰਾ ਮੱਲਾ ਆਪਾ ਜਾਨ ਕਹਿੰਦਾ ਸੀ। ਆਪਾ ਜਾਨ ਨੂੰ ਨਾਲ ਖੜਦੇ ਹਾਂ ਅਤੇ ਇਹਨਾਂ ਦੇ ਇਸਲਾਮ ਦੁਆਏ, ਨਾਲੇ ਉੱਥੇ ਤਬਲੀਗ ਕਰ ਆਵਾਂਗੇ, ਨਾਲੇ ਉਹਨਾਂ ਨੂੰ ਨਾ ਨਮਾਜ਼ ਵਗੈਰਾ ਦੁਆਏ ਕਨੂਤ ਵਗੈਰਾ ਸੁਣਾਵਾਂਗੇ ਕਿ ਇਸ ਤਰ੍ਹਾਂ ਨਮਾਜ਼ ਪੜ੍ਹਿਆ ਕਰੋ ਅਤੇ ਇੱਦਾਂ ਦੁਆਏ ਕਨੂਤ ਯਾਦ ਕਰਾਵਾਂਗੇ। ਵਾਲਦਾ ਸਾਹਿਬਾਂ ਨੇ ਕਿਹਾ ਕਿ ਮੇਰਾ ਉੱਥੇ ਆਉਣ ਜਾਣ ਹੈ ਅਤੇ ਬੀਬੀ ਉਹ ਮੈਂ ਤੁਹਾਡੇ ਤੋਂ ਮਾਜ਼ਰਤ ਕਰਦੀ ਹਾਂ, ਐਡਰੈਸ ਮੈਂ ਦੱਸ ਦਿੰਦੀ ਹਾਂ, ਫਲਾਣੀ ਗਲੀ ਦੇ ਵਿੱਚ ਵੱਡਾ ਕੁਰੈਸ਼ੀਆਂ ਦਾ ਘਰ ਹੈ, ਤੁਸੀਂ ਟੁਰ ਜਾਓ, ਮੈਂ ਨਹੀਂ ਜਾਣਾ ਕਿਉਂਕਿ ਮੇਰਾ ਉੱਥੇ ਸਲਾਮ ਦੁਆ ਬਣਿਆ, ਮੈਂ ਤਬਲੀਗ ਵਾਲੇ ਚੱਕਰ 'ਚ ਮੈਂ ਨਹੀਂ ਜਾ ਸਕਦੀ। ਵਾਲਦਾ ਮੋਹਤਰਮਾ ਸਿਆਣੇ ਵੀ ਸਨ, ਵੱਡੇ ਵੀ ਸਨ ਔਰ ਮਾਮਲਾ ਫਹਿਮ ਵੀ ਸਨ ਕਿ ਉਹ ਮਤਲਬ ਠੀਕ ਠਾਕ ਮੁਸਲਮਾਨ ਹੋ, ਅਤੇ ਉਹ ਇਹਨਾਂ ਨੇ ਨਾ ਕਿਹਾ ਨਹੀਂ ਜਾਹਲ ਜਿਹੀਆਂ ਬੀਬੀਆਂ ਹੋਣਗੀਆਂ ਉਹਨਾਂ ਦੀਆਂ, ਚਲੋ ਚਲੋ ਟੁਰ ਗਈਆਂ ਸਾਰੀਆਂ ਬੀਬੀਆਂ ਗਰੁੱਪ ਬਣਾ ਕੇ, ਉੱਥੇ ਜਾ ਕੇ ਦੁਆਏ ਕਨੂਤ ਸੁਣਾਈ, ਉਹਨਾਂ ਲਈ ਟਾਫੀਆਂ ਮੱਛੀਆਂ ਬਿਸਕੁਟ ਖੜੇ ਉਹਨਾਂ ਦੇ ਬੱਚਿਆਂ ਨੂੰ ਦਿੱਤੇ, ਉਹਨਾਂ ਨੂੰ ਨਾ ਇਕੱਠਿਆਂ ਕਰਕੇ ਬਿਠਾਈ ਰੱਖਿਆ। ਵੱਜ ਗਏ ਸ਼ਾਮ ਦੇ 5 ਨਾ, ਉਹਨਾਂ ਦੇ ਮਰਦ ਆਉਣਾ ਸ਼ੁਰੂ ਹੋ ਗਏ ਘਰ ਵਿੱਚ ਕਿ ਘਰ ਇਸ ਟਾਈਮ ਖਾਣਾ ਪਾਣੀ ਦਾ ਹੋਏਗਾ ਬੰਦੋਬਸਤ। ਉਹ ਬੀਬੀਆਂ ਦੁਆਏ ਕਨੂਤ ਯਾਦ ਕਰ ਰਹੀਆਂ ਸੀ, ਜੋ ਵੀ ਮਤਲਬ ਕਰ ਰਹੀਆਂ ਸੀ ਉਹਨਾਂ ਨੂੰ ਯਾਦ ਕਰਾ ਰਹੀਆਂ ਸੀ, ਨਮਾਜ਼ ਦੇ ਫਾਇਦੇ ਅਤੇ ਯੇ ਵੋ ਦੱਸ ਰਹੀਆਂ ਸੀ ਆਪਣਾ ਅਹਿਮਦੀਅਤ ਦਾ ਦਰਸਤੇ। ਉਹ ਉਹਨਾਂ ਦੇ ਮਰਦ ਜਦੋਂ ਆਏ ਨਾ ਅਤੇ ਉਹਨਾਂ ਨੇ ਕਿਹਾ ਇਹ ਕੀ ਹੋ ਰਿਹਾ ਹੈ, ਉਹ ਕਹਿੰਦੀਆਂ ਇਹ ਰੱਬਿਓਂ ਆਈਆਂ ਨੇ ਲੱਜਣਾ ਅਤੇ ਨਾ ਦਰਸਤੇ ਰਹੀਆਂ ਨੇ, ਬੱਚਿਆਂ ਲਈ ਟਾਫੀਆਂ ਟੂਫੀਆਂ ਵੀ ਲਿਆਈ। ਉਹਨਾਂ ਨੇ ਕਿਹਾ ਚਲੋ ਖਾਣਾ ਲਿਆਓ, ਦਰਸ ਲੈ ਲਿਆ ਅਤੇ ਖਾਣਾ, ਉਹ ਕਹਿੰਦੀਆਂ ਖਾਣਾ ਤਾਂ ਪੱਕਾ ਹੀ ਨਹੀਂ, ਅੱਜ ਤਾਂ ਸਾਡੀ ਦੇਰ ਕਰਾ ਦਿੱਤੀ ਲੱਜਣਾ। ਉਹਨਾਂ ਨੇ ਉੱਥੇ ਜੋ ਉਹਨਾਂ ਦੇ ਹੱਥ ਆਇਆ ਨਾ, ਮੂੰਗਲਾ, ਕੁਹਾੜੀ, ਡੋਈ, ਸੋਟੀ, ਉਹਨਾਂ ਨੇ ਫੜ ਕੇ ਨੱਸੇ ਨੇ ਸਾਰੇ ਨਾ, ਉਹ ਨੱਸ ਕੇ ਨਾ, ਅਤੇ ਜਦੋਂ ਇਹ ਐਮ ਦੀ ਲਜਨਾਤ ਦੌੜੀਆਂ ਨੇ ਨਾ ਅੱਗੇ ਅੱਗੇ, ਅਤੇ ਇਹਨਾਂ ਦੇ ਨਾ ਕਿਤੇ ਖਾਲਿਆਂ ਦੇ ਵਿੱਚ ਟੱਪਦਿਆਂ ਟਪਾਉਂਦਿਆਂ ਪੈਲੀਆਂ 'ਚੋਂ, ਉਹਨਾਂ ਨੇ ਤਾਂ ਡਰਾਇਆ ਹੀ ਸੀ, ਪਿੱਛੇ ਤਾਂ ਨਹੀਂ ਆਏ ਉਹ, ਡਰਾਇਆ ਹੀ ਕਿ ਦੌੜ ਜਾਓ ਇੱਥੋਂ, ਸਾਡਾ ਖਾਣੇ ਦਾ ਟਾਈਮ ਹੈ, ਸੁਬਾਹ ਦੇ ਅਸੀਂ ਭੁੱਖ ਪਾਣੇ, ਇਸ ਟਾਈਮ ਘਰ ਆਈ ਦਾ, ਤੁਸੀਂ ਇੱਥੇ ਮਿਰਜ਼ਾ ਖੋਲ੍ਹ ਕੇ ਬੈਠੀਆਂ। ਉਹ ਜਦੋਂ ਦੌੜੀਆਂ ਨਾ ਅਤੇ ਜੁੱਤੀਆਂ ਛਾਤੀਆਂ ਕਿਸੇ ਦੀ ਲੈ ਗਈ ਕਿਸੇ ਦੀ, ਅੱਗੇ ਸਾਡੇ ਘਰ ਹੀ ਤਸ਼ਰੀਫ ਲੈ ਆਈਆਂ ਅਤੇ ਕਿਸੇ ਦਾ ਪਹੁੰਚੇ 'ਚ ਗਾਰਾ ਫਸਿਆ, ਕੋਈ ਵਿਚਾਰੀ ਡਿੱਗੀ, ਕੋਈ ਕਿੱਦਾਂ। ਵਾਲਦਾ ਮੋਹਤਰਮਾ ਨੂੰ ਪਤਾ ਸੀ ਇਸ ਸੂਰਤ ਹਾਲ ਦਾ। ਅੱਛਾ, ਗੱਲ ਗੁੱਲ ਕਰਕੇ ਨਾ ਉੱਥੇ ਇਬਰਾਹੀਮ ਭਾਂਬੜੀ ਸੱਦ ਲਿਆ ਇਹਨਾਂ ਨੇ ਸਾਡੇ ਘਰ ਵਿੱਚ ਨਾ, ਉਹਨੂੰ ਰੋਦਾਤ ਦੱਸਣ ਲੱਗੀਆਂ ਰੋ ਰੋ ਕੇ। ਇਬਰਾਹੀਮ ਭਾਂਬੜੀ ਦਾ ਫੈਸਲਾ ਸੁਣੋ, ਕਹਿੰਦਾ ਦੁਬਾਰਾ ਕਦੀ ਜਾਣਾ ਹੋਏ ਨਾ, ਸਾਰੀ ਗੱਲਾਂ ਸੁਣ ਸੁਣ ਕੇ, ਦੁਬਾਰਾ ਕਦੀ ਜਾਣਾ ਹੋਏ ਅਤੇ ਇਸ ਤਰ੍ਹਾਂ ਕਰਨਾ ਹੈ ਕਿ ਇਹ ਜਿਹੜੀ ਇਹ ਇੱਕ ਔਰਤ ਹੈ ਨਾ, ਇਹਦੀ ਜੁੱਤੀ ਨਹੀਂ ਲੱਥੀ, ਇਹਨੇ ਸੈਂਡਲ ਪਾਏ ਸੀ। ਇਹ ਔਰਤ ਬੜੀ ਸਮਝਦਾਰ ਹੈ, ਦੁਬਾਰਾ ਜਾਣਾ ਹੋਏ ਅਤੇ ਸਾਰੀਆਂ ਲਜਨਾਤ ਸੈਂਡਲ ਪਾ ਕੇ ਜਾਣ। ਬਸ ਇਹੀ ਯਾਦ ਆਇਆ ਸੀ ਹੁਣ ਇਹਨਾਂ ਨੂੰ ਕਹਿੰਦੇ ਸੈਂਡਲ ਪਾ ਕੇ ਜਾਓ। ਹਾਂਜੀ, ਇਹ ਫੈਸਲਾ ਬਜ਼ੁਰਗ ਵਕਤ ਦਾ ਬੜਾ ਬਜ਼ੁਰਗ ਸੀ ਉਹ, ਮੇਰਾ ਖਿਆਲ ਹੈ 109 ਸਾਲ ਦੇ ਹੋ ਕੇ ਹੁਣੇ ਕਿਤੇ ਪੋਤ ਹੋਏ ਨੇ, ਇਬਰਾਹੀਮ ਭਾਂਬੜੀ ਉਹਨਾਂ ਦਾ ਨਾਮ ਸੀ, ਅਤੇ ਉਹਨਾਂ ਨੂੰ ਫਿਰ ਇਹ ਜੋ ਵੀ ਤਬਲੀਗ ਵਗੈਰਾ ਕਰਦੇ ਸੀ ਨਾ, ਉਹ ਉਹਨਾਂ ਨੂੰ ਹਾਜ਼ਰੀ ਲਵਾਉਣੀ ਹੁੰਦੀ ਸੀ, ਅਤੇ ਅੱਜ ਉਹੀ ਯਾਦ ਆ ਗਿਆ ਮੰਜ਼ਰ ਕਿ ਹੁਣ ਫੈਸਲਾ ਤਾਂ ਹੋ ਗਿਆ, ਦੁਬਾਰਾ ਜਿਹਨੇ ਆਉਣਾ ਉਹ ਆਪਣਾ ਇੰਤਜ਼ਾਮ ਕਰਕੇ ਕਰੋਗਾ ਜੀ। ਬਹੁਤ ਸ਼ੁਕਰੀਆ ਬਾਜੀ। ਅੱਛਾ, ਤਾਂ ਰਮਜੋਤ ਸਾਹਿਬ ਕੋਲ ਕਾਲ ਡਾਲੀ ਆ ਜੀ, ਆਪ ਆਏ ਤਾਂ ਰਮਜੋਤ ਸਾਹਿਬ ਆਜ ਤੋ ਕਾਫੀ ਦਲਾਲ ਦੇਣੇ ਕਾ ਮੌਕਾ ਮਿਲਾ ਆਪਕੋ, ਔਰ ਦਲਾਲ ਸੁਣੇ ਗਏ ਬੜਾ ਡਿਟੇਲ ਕੇ ਸਾਫ ਤਾਰਕ ਚੌਹਾਨ ਸਾਹਿਬ ਤੇ ਅੱਗੇ ਹੀ ਸਾਡੇ ਦੁਸ਼ਮਣ ਨੇ, ਇਹਨੇ ਇਹੀ ਗੱਲ ਕਹਿਣੀ ਹੈ। ਨਹੀਂ, ਅਸੀਂ ਅਸੀਂ ਸਾਰਿਆਂ ਦੀ ਗੱਲ ਸੁਣਨੀ ਹੈ, ਕੋਈ ਮਸਲਾ ਨਹੀਂ ਹੈ ਕਿ ਫੈਸਲਾ ਆ ਚੁੱਕਿਆ ਤੇ ਉਸ ਬਰਾਡ ਦੇ ਉੱਤੇ ਬੜਾ 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 ਜਿਹੜਾ ਨਾ
پریشر ڈال رہے نے اس طرح چوہان صاحب اور ڈگی قوم بھی کہندی ہے بھی چوہان صاحب تسی ایک واری منہ چ لفظ کڈو کہ میں تانوں دوبارہ سننا ایک واری منہ چ لفظ کڈو چاہے وہ ایکسیپٹ کرے نہ کرے جمع کران اسے سو بعد اگلی ساری گلاں ہو جاسن براڈ تھلو ایک مرزائی لکھ دے تارک چوہان کو اللہ سے ڈر نہیں لگتا میں لکھا کہ مرزا مسرور کو اللہ سے ڈر نہیں لگتا جعلی خلیفہ ہے ਉਹ ਮੇਰੇ ਕਮੈਂਟ ਬੰਦ ਕਰਤੇ ਅੱਗੋਂ ਮੈਂ ਕਮੈਂਟ ਨਹੀਂ ਕਰ ਸਕਦਾ ਰਾਜਾ ਸਾਹਿਬ ਬਾਕੀ ਸਾਰਿਆਂ ਨੂੰ ਸਲਾਮ ਅਲੈਕੁਮ ਵਾਲਕਮ ਸਲਾਮ ਜੀ ਰਾਜਾ ਸਾਹਿਬ ਹੁਣ ਘੇਰਾ ਪਾਈ ਖੜੇ ਨੇ ਜੱਜ ਨੂੰ ਕਿ ਜੱਜ ਇੱਕ ਦਫਾ ਜਾ ਕੇ ਪਾਰਟੀ ਨੂੰ ਆਖੇ ਕਿ ਮੈਂ ਦੁਬਾਰਾ ਸੁਣਨਾ کچھ بھی نہیں ہوگا انکمپرومائزنگ بات ہے ایک لاکھ جمع اس سے بعد نیکسٹ عامر نذیر کے ساتھ وہ بات کر لے جو فیصلہ امن نذیر صاحب کریں گے ضیاء رسول نے بھی ان کو پورا اختیار دیا ہوا ہے ہم مشاورت کریں گے اس کے بعد جو بات ہوگی فائنل جو فیصلہ کریں گے امن نذیر وہ سب کی بات ہوگی بات ختم ہوگی دوسری دفعہ میں جج بن جاؤں گا نہیں میں چاہنا دوسری دفعہ امیر لطیف بن جائے او امیر لطیف جھوٹا آدمی جی اودوں دا بناڑا جج او تے تاں ہی انہاں سیٹسفائی ہونا نا اس تو اتے کسے نوں اس نوں سیٹسفائی نہیں ہونا مرزیاں نے آہو آہو آ اے ملک مراد دی گل سنو یار بڑے دن ہو گئے دی آواز نہیں سنی جی جی ملک صاحب جی 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 او بیڑے بلند نہ لوں پٹ مائک نہیں تو کسی اور نو چانس دے دیے پتہ نہیں ٹیلنٹ ٹور گیا وے ٹیکسی چلاندا رہندا ساری دیہڑی بیٹھا رہندا کھاندا رہندا وے یا ٹیلنٹ اس ٹور جاندا وے لو جی اکبر صاحب منان لگے نے کہندے نے جے تسی چوہان صاحب آئے گری ہو نا تے اگلے نو اسی کروا لینے ہاں پر آپ کے پاس اس کا کوئی ثبوت ہے تو آئے ہمارے سامنے رکھی ہوئے اپنے پیسے لے عمر بھائی بات آ رہی ہے یار سن رہے چپ کر جا نہیں لا رکھ بے شک کو لا دے مگر نال اپنی کم کرنا نہ ہاں ٹھیک ہے میری آواز ٹھیک آ رہی آپ کے سگنل نہیں ویک ہیں تھوڑے سے تو تارک بھائی کہتے ہیں کہ ٹھیک ہے آپ کی بات سننے کے بعد میں اس بات پر ایگری ہوں کہ ریویو دیا جائے پر اب ضیاء رسول صاحب جو ہیں وہ حاضر ہوں آلریڈی کر لیں نہیں وہ کہہ رہے ہیں کہ وہ بس وہ ایگری ہو جائے ان کا ایگری ہونا بب رہ گیا صرف ضیاء رسول صاحب کا اور امن نذیر لوگوں کا ان کا ایگری ہونا رہ گیا تارک صاحب کہہ رہے ہیں کہ میں سن لوں گا ٹھیک ہے جی جزاک اللہ جی سدھو بھائی جی بہت شکریہ جی السلام علیکم وعلیکم السلام
ਅਸਲ 'ਚ ਗੱਲ ਹੈ ਕਿ ਉਹ ਇੱਕੋ ਹੀ ਗੱਲ 'ਤੇ ਉਹਨਾਂ ਨੂੰ ਮਨਾ ਰਹੇ ਸੀ, ਉਹ ਅੱਗੇ ਵੀ ਮੈਂ ਸੁਣੀ ਹੈ, ਅਲੀ ਨੇ ਉਹਨੇ ਚਲਾਈ ਸੀ ਆਡੀਓ, ਉਹ ਅਸਲ 'ਚ ਗੱਲ ਹੈ ਕਰਦੇ ਪਏ ਉਹਨਾਂ ਨੇ ਉਹ ਆਡੀਓ ਝੂਠੀ ਪਾ ਦਿੱਤੀ ਆ, ਉਹ ਝੂਠੀ ਤੋਂ ਮੁਰਾਦ ਉਹ ਕਹਿੰਦੇ ਆ ਉਹ ਜਿਹੜੀ ਆਡੀਓ ਜ਼ਿਆ ਬਾਈ ਨੇ ਚਲਾਈ ਹੈ ਨਾ, ਉਹ ਆਡੀਓ ਬਾਅਦ 'ਚੋਂ ਜਦੋਂ ਸਾਡੀ ਸ਼ਰਤ ਸ਼ੁਰਤ ਲੱਗ ਗਈ ਸੀ, ਖਤਮ ਹੋ ਗਈ ਸੀ, ਆਮ ਨਜ਼ੀਰ ਸਾਹਿਬ ਆਏ ਸੀ, ਉਦੋਂ ਆਡੀਓ ਉਹਨਾਂ ਨੇ ਰਿਕਾਰਡ ਕੀਤੀ ਆ, ਅਤੇ ਉਹ ਤਾਰਕ ਚੌਹਾਨ ਸਾਹਿਬ ਕਹਿੰਦੇ ਅੱਛਾ, ਉਹ ਬਸ ਇਸ ਗੱਲ 'ਤੇ ਉਹਨਾਂ ਨੂੰ ਐਗਰੀ ਕਰਦੇ ਪਏ ਕਿ ਜਿਹੜੀ ਆਡੀਓ ਚਲਾਈ ਗਈ ਆ ਉਹ ਗਲਤ ਚਲਾਈ ਗਈ ਆ। ਸਰ ਜਿਸ ਤਰ੍ਹਾਂ ਮਰਜ਼ੀ ਕੋਈ ਐਗਰੀ ਹੋਵੇ ਕਰੇ, ਸਾਨੂੰ ਨਹੀਂ ਪਤਾ, ਪਹਿਲੇ ਲੱਖ ਰੁਪਇਆ ਜਮ੍ਹਾਂ ਸੀ, ਉਸ ਤੋਂ ਬਾਅਦ ਅਗਲੀ ਗੱਲ ਸੀ। ਬਿਲਕੁਲ ਇਸ ਤਰ੍ਹਾਂ ਹੀ ਹੈ। ਦੇਖੋ ਉਹਨਾਂ ਨੇ ਇੱਕ ਬੜੀ ਅੱਛੀ ਗੱਲ ਕੀਤੀ ਸੀ ਤਾਰਕ ਚੌਹਾਨ ਸਾਹਿਬ ਨੇ ਆਡੀਓ ਦੇ ਵਿੱਚ ਹੀ, ਉਹਨੇ ਮੈਂ ਜਿਹੜੀ ਸੁਣੀ ਹੈ, ਉਹਨਾਂ ਨੇ ਕਿਹਾ ਜਦੋਂ ਤੁਹਾਨੂੰ ਮੌਕਾ ਦਿੱਤਾ ਗਿਆ ਕਿ ਆਪਣੇ ਆਪਣੇ ਦਲਾਈ ਰੱਖੋ, ਫਿਰ ਕੰਕਲੂਜਨ ਵੀ ਰੱਖ ਲਿੱਤਾ, ਤੁਸੀਂ ਕੋਈ ਰਿਮਾਰਕਸ ਆਪਣੇ ਆਖਰੀ ਰੱਖਣੇ ਆ ਤੁਸੀਂ ਉਹ ਵੀ ਰੱਖ ਦਿਓ, ਜਦੋਂ ਇਹਨਾਂ ਨੇ ਸਾਰਾ ਕੁਛ ਰੱਖ ਦਿੱਤਾ ਤੇ ਉਦੋਂ ਕਿਉਂ ਨਹੀਂ ਤੁਸੀਂ ਬੋਲ ਸਕੇ ਕਿ ਇਹ ਗਲਤ ਆਡੀਓ ਹੈ ਜਾਂ ਪੁਰਾਣੀ ਆਡੀਓ ਨਹੀਂ ਹੈ। ਦੂਸਰੀ ਗੱਲ ਹੈ ਕਿ ਚੌਹਾਨ ਸਾਹਿਬ ਆਉਂਦੇ ਨਾ, ਮੈਂ ਉਹਨਾਂ ਨੂੰ ਇੱਕ ਰਿਕਾਰਡਿੰਗ ਸੁਣਾਉਣੀ, ਕਿਸੇ ਨੇ ਬੋਲਣਾ ਨਹੀਂ ਆ ਹੁਣ, ਕਹਿੰਦੇ ਮੈਨੂੰ ਕਿ ਅਸੀਂ ਤੁਹਾਡੀ ਹਰ ਗੱਲ ਦੇ ਐਗਰੀ ਕਰਨੇ ਆ, ਤੇ ਇਹਨਾਂ ਦੀ ਮੈਂ ਐਗਰੀ ਸੁਣਾਉਣਾ ਵਾ ਹੁਣੇ, ਕੱਢ ਕੇ ਮੈਨੂੰ ਕੱਢ ਲੈਣ ਦਿਓ ਰਿਕਾਰਡਿੰਗ, ਤੇ ਤੁਸੀਂ ਚੁੱਕੋ ਚੌਹਾਨ ਸਾਹਿਬ ਨੂੰ ਉੱਤੇ। ਰਾਜਾ ਜਵੇਰ ਸਾਹਿਬ ਜੀ ਤਪਸੀ ਤੇ ਠੁਸਕਰ ਸੀ ਮੁਬਾਰਕਬਾਦ ਕਬੂਲ ਕਰੇ ਤਮਾਮ ਮੁਸਲਮਾਨ ਔਰ ਬਿਲਖਸੂਸ ਉਸਤਾਦ ਮੋਹਤਰਮ ਅਮਨ ਨਜ਼ੀਰ ਸਾਹਿਬ ਔਰ ਉਸਤਾਦ ਮੋਹਤਰਮ ਜ਼ਿਆ ਰਸੂਲ ਅਮੀਨੀ ਸਾਹਿਬ ਦਿਲ ਕੀ ਅਥਾਹ ਗਹਿਰਾਈਓਂ ਸੇ ਮੁਬਾਰਕਬਾਦ ਔਰ ਇਸ ਪਰ ਮੈਂ ਆਪਣਾ ਛੋਟਾ ਜਿਹਾ ਵੋ ਇੱਕ ਨਾਕਿਸ ਸੀ ਰਾਏ ਤੋਂ ਨਹੀਂ ਖੈਰ ਮੌਕਫ ਦੇਣਾ ਚਾਹਤਾ ਹੂੰ ਹੋ ਸਕਤਾ ਹੈ ਕਿ ਇਹ ਮੌਕਫ ਪਹਿਲੇ ਆਪਕੇ ਜ਼ਿਹਨੋਂ ਮੇਂ ਹੋ ਵਹਾਂ ਪਰ ਅਬ ਫੈਸਲਾ ਜੋ ਹੈ ਵੋ ਰਿਵਿਊ ਕਰਨੇ ਕੀ ਜ਼ਰੂਰਤ ਨਹੀਂ ਹੈ ਉਸਕੀ ਇੱਕ ਰੀਜ਼ਨ ਤੋਂ ਇਹ ਹੈ ਕਿ ਜਬ ਜ਼ਿਆ ਭਾਈ ਕੀ ਟਰਮ ਪੂਰੀ ਹੋਈ ਤੀ ਔਰ ਜ਼ਿਆ ਭਾਈ ਨੀਚੇ ਚਲੇ ਗਏ ਤੇ ਉਸਕੇ ਬਾਅਦ ਆਇਆ ਤਾਂ ਇਮਰਾਨ ਕਾਲੂ ਇਮਰਾਨ ਕਾਲੂ ਜੋ ਪਹਿਲੇ ਬਾਤ ਡਿਸਾਈਡ ਹੋਈ ਸੀ ਕਿ ਪੰਜ ਪੰਜ ਮਿੰਟ ਬੰਦੇ ਬਾਤ ਕਰੇਂਗੇ ਠੀਕ ਹੈ ਇਮਰਾਨ ਕਾਲੂ ਕੇ ਜਬ ਪੰਜ ਮਿੰਟ ਪੂਰੇ ਹੋ ਗਏ ਤਬ ਉਹ ਬਾਤ ਕਰਦਾ ਜਾ ਰਿਹਾ ਤਾਂ ਦੂਸਰੀ ਦਫ਼ਾ ਜਬ ਜ਼ਿਆ ਭਾਈ ਉੱਪਰ ਆਏ ਤਾਂ ਬਾਤ ਇਹ ਹੋਈ ਸੀ ਕਿ ਨਹੀਂ ਭਾਈ ਹਮਨੇ ਪੂਰਾ ਪੂਰਾ ਟਾਈਮ ਦੇਣਾ ਤਾਂ ਕਿ ਆਪ ਆਪਣੀ ਬਾਤ ਕੋ ਪੂਰਾ ਕਰੇ ਤੋ ਉਸਕੇ ਬਾਅਦ ਜੋ ਹੈ ਵੋ ਹਮ ਅਗਲੇ ਬੰਦੇ ਕੋ ਟਾਈਮ ਦੇ ਤੋ ਜਬ ਇਨਕੋ ਪੂਰਾ ਟਾਈਮ ਮਿਲਾ ਹੈ ਕਿ ਆਪਣਾ ਮੌਕਫ ਯਹਾਂ ਪੇ ਰੱਖੇ ਇਨਕੇ ਪਾਸ ਟਾਈਮ ਵੀ ਥਾ ਵਕਤ ਵੀ ਥਾ ਸਭ ਕੁਛ ਥਾ ਤੋ ਫਿਰ ਐਸੀ ਕਿ ਸਟਾਪ ਯੂ ਇੱਕ ਮਿੰਟ ਸੌਰੀ ਟੂ ਸਟਾਪ ਯੂ ਨਾ ਜੀ ਜੀ ਤਾਰਕ ਸਾਹਿਬ ਆਏ ਓਕੇ ਸਰ ਨਾ ਚੌਹਾਨ ਸਾਹਿਬ ਮੈਨੂੰ ਮੌਕਾ ਦੇਣਾ ਜੇ ਬੋਲਿਓ ਨਾ ਬਾਜ਼ਾਰੀ ਚੌਹਾਨ ਸਾਹਿਬ ਹਾਂਜੀ ਹਾਂਜੀ ਐ ਸੁਣੋ ਪਹਿਲੇ ਤੇ ਫੇਰ ਛੱਡੋ ਸਾਨੀਆਂ ਗੱਲਾਂ ਕੋਈ ਬੰਦਾ ਨਾ ਬੋਲੇ ਅਮਰ ਭਾਈ ਤੁਸੀਂ ਵੀ ਨਾ ਬੋਲਿਓ ਇਤਮਾਦ ਨਹੀਂ ਸੀ ਕਿਉਂਕਿ ਉਹ ਸਾਡੇ ਨਾਲ ਆਮ ਤੌਰ ਤੇ ਉਸ ਨਾਲ ਚੀਜ਼ ਹੁੰਦੀ ਰਹਿੰਦੀ ਹੈ ਉਸ ਨਾਲ ਇਸ ਮੌਜੂਦ ਤੇ ਗੱਲਾਂ ਹੁੰਦੀਆਂ ਰਹਿੰਦੀਆਂ ਉਹਦੀ ਨੀਅਤ ਉਸਦੀ ਜੇ ਕੋਈ ਜ਼ਹਿਨ ਰੱਖੀਦਾ ਉਹਨੇ ਉਹੀ ਬਿਆਨ ਕੀਤਾ
ਤੁਸੀਂ ਸੌ ਗੱਲ ਸੁਣਾ ਲਓ, ਗੱਲ ਇੱਥੇ ਵੀ ਸਾਡੇ ਖਿਲਾਫ਼ ਜਾਏਗਾ, ਲੇਕਿਨ ਇਮਾਨਦਾਰੀ ਦੀ ਗੱਲ ਹੈ ਜਿਹੜੀ ਮੇਰੀ ਆਪਣੀ ਰਾਏ ਹੈ ਕਿ ਫੈਸਲਾ ਠੀਕ ਨਹੀਂ ਹੋਇਆ, ਗਲਤ ਹੋਇਆ, ਲੇਕਿਨ ਫੈਸਲਾ ਹੋ ਗਿਆ। ਹੁਣ ਇਸ ਵਿੱਚ ਤੁਸੀਂ ਰੌਲਾ ਪਾਓ, ਚੀਕਾਂ ਮਾਰੋ, ਜੋ ਮਰਜ਼ੀ ਕਰਦੇ ਹੋ, ਹੁਣ ਤੁਹਾਨੂੰ ਮੰਨਣਾ ਪਏਗਾ ਕਿ ਤੁਸੀਂ ਆਪ ਇਹ ਜੱਜ ਮਨਜ਼ੂਰ ਕੀਤਾ ਸੀ। ਮੇਰੇ ਕੋਲ ਫੈਸਲਾ ਆਉਂਦਾ ਤੇ ਇਸ ਤੋਂ ਉਲਟਾ ਆਉਂਦਾ, ਲੇਕਿਨ ਉਹਨਾਂ ਨੇ ਕਿੱਸਾ ਸੁਣਿਆ, ਕਿੱਸਾ ਚੱਕਿਆ, ਮੈਂ ਕੁਝ ਨੀ ਕਰ ਸਕਦਾ। ਤਾਂ ਆਪ ਤਾਲਕ ਸਾਹਿਬ ਉਹ ਕਹਿੰਦੇ ਨੇ ਜੋ ਮਰਜ਼ੀ ਹੋ ਜੇ, ਇਹ ਜੱਜ ਦਾ ਸਾਨੂੰ ਪਤਾ ਸੀ, ਇਹ ਹੀ ਫੈਸਲਾ ਆਣਾ, ਤੁਸੀਂ ਭਾਵੇਂ 7 ਵਾਰੀ ਵੀ ਰਿਵਿਊ ਕਰ ਲਓ ਨਾ ਤੁਹਾਡੇ ਬਾਰੇ ਚ ਕੀ ਕਹਿੰਦਾ। ਹਾਂ ਮੈਨੂੰ ਪਤਾ ਹੀ ਹੈ ਜੋ ਵੀ ਕਹਿੰਦੇ ਹੋਣਗੇ। ਅਸਲ ਗੱਲ ਹੈ ਕਿ ਮੈਨੂੰ ਪਹਿਲੀ ਪਤਾ ਸੀ ਕਿ ਜਿਹੜੇ ਦੇ ਖਿਲਾਫ਼ ਫੈਸਲਾ ਆਏਗਾ ਉਹ ਮੈਨੂੰ ਇੰਜ ਹੀ ਕਰੇਗਾ। ਲੇਕਿਨ ਬਹਿਰ ਆਵਾਜ਼ ਆ ਰਹੀ ਹੈ, ਨਹੀਂ ਆ ਰਹੀ ਤਾਰਿਕ ਸਾਹਿਬ? ਆ ਰਹੀ ਹੈ ਜੀ, ਆ ਰਹੀ ਜੀ। ਪਹਿਲੇ ਤੇ ਗੱਲ ਹੈ ਕਿ ਤਮਾਮ ਮੁਸਲਮਾਨਾਂ ਨੂੰ ਮੁਬਾਰਕਬਾਦ, ਤੇ ਦੂਸਰੀ ਗੱਲ ਹੈ ਕਿ ਅਦਾਲਤ ਹੋਵੇ ਜਾਂ ਜੱਜ, ਉਹਨੂੰ ਸਬੂਤ ਮੰਗਦੇ ਨੇ, ਉਹ ਕਸਮਾਂ ਨਹੀਂ ਮੰਗਦੇ ਕਿ ਹੁਣ ਫੈਸਲਾ ਹੋ ਗਿਆ ਤੇ ਹੁਣ ਤੂੰ ਕਸਮ ਲੈ ਦੇ, ਤੂੰ ਕਸਮ ਚਾਹ, ਤੂੰ ਕਸਮ ਚਾਹ, ਠੀਕ ਹੈ। ਉਸ ਤੋਂ ਬਾਅਦ ਜਿਸ ਵੇਲੇ ਜ਼ਿਆ ਬਾਈ ਨੇ ਉਹ ਵੀਡੀਓ ਪੇਸ਼ ਕੀਤੀ ਹੈ, ਉਸ ਤੋਂ ਬਾਅਦ ਕਾਲੂ ਦੀਆਂ ਦੋ ਟਰਨਾਂ ਆਈਆਂ ਨੇ। ਔਰ ਤਾਰਿਕ ਚੌਹਾਨ ਸਾਹਿਬ, ਤੁਸੀਂ ਉਹਨੂੰ ਬਾਰ ਬਾਰ ਪੁੱਛਿਆ, ਹਾਂ ਬਾਈ ਹੋਰ ਕੁਛ ਹੈ ਕਹਿਣੀ ਆ ਤੈਨੂੰ, ਉਹਨੇ ਤੁਸਾਂ ਕਿਹਾ ਵੀਡੀਓ ਬਾਅਦ ਦੀ, ਉਹਨੇ ਕਿਹਾ ਹਾਂ ਬਾਅਦ ਦੀ ਹੈ, ਉਹਨੇ ਜ਼ੁਬਾਨੀ ਕਲਾਮੀ ਗੱਲ ਕੀਤੀ ਹੈ। ਜੇ ਉਹਦੇ ਕੋਲ ਸਬੂਤ ਸੀ ਤੇ ਉੱਥੇ ਟਾਈਮ ਸੀ, ਤੁਸਾਂ 5 ਮਿੰਟ ਕਿਹਾ ਸੀ ਉਹਨੂੰ, ਉਹਨੇ 15 ਮਿੰਟ ਤੋਂ ਲੈ ਕੇ 18 ਮਿੰਟ ਤੱਕ ਗੱਲ ਕੀਤੀ ਹੈ ਤੇ ਕਰਦਾ ਨਾ ਪੇਸ਼, ਕਿਸੇ ਨੇ ਮਨਾ ਕੀਤਾ ਆ? ਕੋਈ ਸ਼ੈ ਨਹੀਂ ਉਹਨਾਂ ਕੋਲ, ਸਿਰਫ ਇੱਕ ਇਸ਼ੂ ਬਣਾਇਆ, ਝੂਠ ਤੇ ਫਰਾਡ ਤੇ ਦਜਲ ਤੇ ਫਰੇਬ ਤੇ ਇਲਜ਼ਾਮਬਾਜ਼ੀ। ਅੱਛਾ ਤਾਰਕ ਚੌਹਾਨ ਸਾਹਿਬ, ਇੱਥੇ ਬੈਠੇ ਨਾ ਥੋੜ੍ਹੀ ਦੇਰ ਪਹਿਲੇ ਤੁਹਾਡੇ ਆਉਣ ਤੋਂ ਪਹਿਲੇ, ਇਹ ਸਾਰੇ ਨਾਮ ਨਿਹਾਦ ਮੁਸਲਮਾਨ ਕਹਿੰਦੇ ਨੇ ਕਿ ਉਮਰਦਈ ਤਾਰਕ ਚੌਹਾਨ ਸਾਹਿਬ ਨੂੰ ਘੇਰਨ ਡਏ ਨੇ। ਮੈਂ ਕਿਹਾ ਤਾਰਕ ਚੌਹਾਨ ਸਾਹਿਬ 5 ਸਾਲ ਦੇ ਬੱਚੇ ਨੀ ਗੇ ਜਿਹੜੇ ਉਹਨਾਂ ਦੇ ਘੇਰੇ 'ਚ ਆ ਜਾਣਗੇ? ਉਹਨਾਂ ਨੇ ਵੀ ਦੁਨੀਆਂ ਪੂਰੀ ਵੇਖੀ, ਉਹਨਾਂ ਦੇ ਘੇਰੇ 'ਚ ਨਹੀਂ ਆਉਂਦੇ ਉਹ। ਮੈਂ ਕਿਹਾ ਹਾਂ ਠੀਕ ਹੈ, ਤੁਸੀਂ ਰਿਵਿਊ ਚਾਹੁੰਦੇ ਹੋ ਤੇ ਦੂਸਰੀ ਪਾਰਟੀ ਅਗਰ ਮੰਨਦੀ ਹੈ ਤੇ ਠੀਕ ਹੈ, ਮੈਨੂੰ ਤਾਂ ਕੋਈ ਮਸਲਾ ਨਹੀਂ। ਤੁਸੀਂ ਪਹਿਲੇ ਦੋਨਾਂ ਨੇ ਮਿਲ ਕੇ ਮੈਨੂੰ ਜੱਜ ਬਣਾਇਆ ਸੀ, ਫਿਰ ਤੁਸੀਂ ਬਣਾਉਣਾ ਚਾਹੁੰਦੇ, ਮੈਂ ਫਿਰ ਬਣ ਜਾਗਾ। ਲੇਕਿਨ ਇਹ ਕਿ ਮੇਰੇ ਇਕੱਲੇ ਦੇ ਨਾਲ ਤਾਂ ਕੋਈ ਫੈਸਲਾ ਨਹੀਂ ਨਾ ਹੋਣਾ ਕਿ ਮੈਂ ਤੁਹਾਡੀ ਗੱਲ ਸੁਣਾ, ਜਾਂ ਫਰਜ਼ ਕਰੋ ਮੈਂ ਤੁਹਾਡੀ ਗੱਲ ਸੁਣਾ, ਉਹ ਕਹਾਂਗੇ ਜੀ ਹਾਂ ਤੁਸੀਂ ਠੀਕ ਕਹਿੰਦੇ ਹੋ, ਉਹਦੇ ਨਾਲ ਕੀ ਫਰਕ ਪਏਗਾ? ਵੀ ਮੈਨੂੰ ਕੋਈ ਜੱਜ ਕੋਈ ਬਣਾ ਤਾਂ ਨਹੀਂ ਰਿਹਾ, ਉਹ ਮੇਰਾ ਇੱਕ ਇੰਡੀਵਿਜੁਅਲ ਦਾ ਫੈਸਲਾ ਹੋਏਗਾ। ਕੱਲ ਨੂੰ ਵੀ ਇਹੀ ਕੋਈ ਹੋਣਾ,
ਯਾਰ ਪਹਿਲਾਂ ਤੂੰ ਪਰਚਾ ਨਾ ਆਊਟ ਕਰ, ਪਹਿਲਾਂ ਸਾਨੂੰ ਲੱਖ ਲੈਣ ਦੇ ਤੇ ਫਿਰ ਉਹ ਕਹਿੰਦੇ ਨੇ ਅਸੀਂ 2 ਲੱਖ ਤੇ ਫਿਰ ਫੈਸਲਾ ਕਰਾਸਾਂ। ਚੁੱਪ ਕਰ ਜਾਓ ਕੇ ਹੁਣ ਵੀ ਉਹੀ ਮਰਵਾਣ ਡਿਆ ਕਰ। ਨਹੀਂ ਅਲੀਮ ਨੇ ਕਿਹਾ ਸੀ ਬੜੇ ਬੜਾ ਵਜ਼ਨ ਗੱਲਾਂ ਵਿੱਚ, ਉਹਨੇ ਤੇ ਮੈਂ ਕੱਲ ਵੀ ਮੈਸੇਜ ਪਹਿਲੇ ਕਰ ਦਿੱਤਾ ਸੀ, ਕਮੈਂਟ ਵੀ ਕਰ ਦਿੱਤੇ ਸੀ ਉੱਥੇ ਥੱਲੇ ਕਿ ਅਲੀਮ ਇਹਨੂੰ ਸਹੀ ਕਰਕੇ ਫਸਾ ਰਿਹਾ। ਬਿਲਕੁਲ ਬਿਲਕੁਲ, ਪਹਿਲੇ ਉਸ ਮੀਰ ਨੂੰ ਫਸਾਇਆ ਹੁਣ ਇਸ ਨੂੰ। ਨਹੀਂ ਨਹੀਂ, ਮੀਆਂ ਨੂੰ ਵੀ ਉਹਨੇ ਫਸਾਇਆ ਅਲੀਮ ਨੇ। ਹਾਂ ਹਾਂ, ਉਸ ਪਤਾ ਕਿ ਮੀਆਂ ਸਾਹਿਬ ਬਹੁਤ ਬੜੇ ਵੱਡੇ, ਨਹੀਂ ਤੇ ਮੀਆਂ ਸਾਹਿਬ ਫੈਸਲਾ ਕਰਨ ਖਤਮ ਹੋ ਜਾਸੀ। ਥੱਲੇ ਸ਼ੀਲਾ ਚੱਲੀ ਦੇਖ ਰਿਹਾ ਵੇ, ਤਾਰਕ ਚੌਹਾਨ ਸਾਹਿਬ ਮੁਬਾਰਕ ਹੋ, ਆਪ ਵੀ ਆਜ ਮਰਜ਼ਾਈਓ ਕੀ ਨਜ਼ਰ ਮੇਂ ਤਾਰਕ ਭਾਈ ਬਣ ਗਏ। ਅੰਕਲ ਨੇ ਵੀ ਕੀਤੀਆਂ ਨੇ ਕਿ ਸਾਨੂੰ ਪਹਿਲੇ ਪਤਾ ਸੀ ਇੰਜ ਮੈਨੂੰ ਜੱਜ ਬਣਾਇਆ ਹੁੰਦਾ ਤੇ ਮੈਂ ਤੁਹਾਡੇ ਹੱਕ ਚ ਕਰਨਾ ਸੀ। ਉਹਨੂੰ ਨੀ ਨਾ ਪਤਾ ਕਿ ਲੋਕੀ ਰਿਕਾਰਡ ਕਰ ਲੈਂਦੇ ਨੇ, ਰੋੜੇ ਰੋਟੀ ਨੂੰ ਚੋਚੀ ਸਮਝਦੇ ਨੇ। ਆਮਿਰ ਭਾਈ ਵੀ ਬਾਜ਼ੂਕਾਤ ਕਹਿ ਦਿੰਦੇ ਆ ਨਾ ਕਿ ਜੀ ਤਲਤ ਸਾਹਿਬ ਨੂੰ ਅਸੀਂ ਮੁਨਸਬ ਬਣਾ ਲੈਂਦੇ ਹਾਂ, ਪਰ ਹੁਣ ਉਹ ਵੀ ਨੀ ਚੁਣਨਗੇ ਆ ਗੱਲ ਤੋਂ ਬਾਅਦ। ਜੇ ਸਹੀ ਗਿਆ ਬਿਲਕੁਲ। ਮੈਂ ਆਪ ਇਹ ਕਹਿਣਾ ਸੀ ਆਪਣਾ ਅਮਰ ਭਾਈ ਨੂੰ, ਕਿਉਂਕਿ ਸੁਣੀਓ ਰਿਕਾਰਡਿੰਗ ਲਾਜ਼ਮੀ, ਉਹ ਕਹਿੰਦਾ ਸੀ ਕਿ ਅਗਰ ਮੈਨੂੰ ਬਣਾਇਆ ਹੁੰਦਾ ਤੇ ਮੈਂ ਤੁਹਾਡੇ ਹੱਕ 'ਚ ਦੇਣਾ ਸੀ। ਤੇ ਇਹ ਤੇ ਕੋਈ ਜੱਜਮੈਂਟ ਨਹੀਂ ਨਾ ਕਿ ਮੈਂ ਤੁਹਾਡੇ, ਕੋਈ ਨਾ ਬਿਲਕੁਲ। ਅਸਲ ਬਾਤ ਹੈ ਕਿ ਜੋ ਜਿਸ ਕੇ ਸਹੀ ਬਾਤ ਜੋ ਕਰੇਗਾ ਉਸਕੇ ਹੱਕ ਮੈਂ ਦੇਣਾ ਕਿ ਮੈਂ ਤੁਹਾਡੇ ਹੱਕ 'ਚ ਦਿਆਂਗਾ। ਕੀ ਅਗਰ ਸੁਣਨਾ ਚਾਹੁੰਦੇ ਹੋ ਤੇ ਮੈਂ ਤੁਹਾਨੂੰ ਦੁਬਾਰਾ ਸੁਣਾ ਦੇਣਾ। ਅੱਛਾ ਤਾਰਕ ਚੌਹਾਨ ਸਾਹਿਬ, ਤੁਸੀਂ ਤਾਰਕ ਚੌਹਾਨ ਸਾਹਿਬ ਤੁਸੀਂ ਉੱਥੋਂ ਆਏ ਹੋ ਨਾ, ਤੇ ਪਿੱਛੇ ਹੁਣ ਇਹ ਕਹਿ ਰਹੇ ਨੇ ਕਿ ਫੈਸਲਾ ਤਾਰਕ ਚੌਹਾਨ ਸਾਹਿਬ ਨੇ ਕਹਿ ਦਿੱਤਾ ਕਿ ਮੈਂ ਰਿਵਿਊ ਕਰਨ ਲਈ ਤਿਆਰ ਹਾਂ, ਮੈਂ ਰਿਵਿਊ ਕਰਨਾ। ਨਹੀਂ ਅਸਾਂ ਸੁਣਵਾਈ ਇੱਥੇ ਤਾਰਕ ਸਾਹਿਬ ਨੇ ਜੋ ਆਖਿਆ ਨਾ, ਅਸਾਂ ਸੁਣਵਾਇਆ ਸਾਂ। ਹੁਣ ਪਿੱਛੋਂ ਜਿਹੜੀ ਗੱਲ ਕਰ ਰਿਹਾ ਕਾਲੂ ਕਹਿ ਰਿਹਾ ਕਿ ਮੈਨੂੰ ਆਪਣਾ ਮੌਕਫ ਦੇਣ ਦਾ ਮੌਕਾ ਨਹੀਂ ਮਿਲਿਆ, ਇਹਨਾਂ ਮੈਨੂੰ ਥੱਲੇ ਲਾ ਦਿੱਤਾ, ਬਰਾਡ ਵਾਲੇ ਨੇ ਮੈਨੂੰ ਕਾਲ ਤੇ ਨਹੀਂ ਚੁੱਕਿਆ। ਇਹ ਕਹਿ ਰਿਹਾ ਕਿ ਮੇਰਾ ਤਾਂ ਮੌਕਫ ਨਹੀਂ ਸੁਣਿਆ, ਮਤਲਬ ਥੱਲੇ ਤੈਨੂੰ ਕਹਿ ਰਿਹਾ ਸੀ ਕਿ ਤੇਰੇ ਕੋਲ ਉੱਥੇ ਬੋਲਿਆ ਨਹੀਂ ਗਿਆ, ਇੱਥੇ ਆ ਕੇ ਤੂੰ ਇਹੀ ਕਰਨਾ ਮੈਂ ਮੇਰੇ ਅੱਗੇ ਤਰਲੇ ਪਾਉਂਦੇ ਆ ਭਈਏ। ਦੋਨਾਂ ਕੋਲੋਂ ਸੁਣਿਆ ਫੁੱਲ ਫਲੈਜ, ਇਹ ਤਾਂ ਕੋਈ ਨਹੀਂ ਕਹਿ ਸਕਦਾ। ਉਹ ਕਹਿ ਰਿਹਾ ਕਿ ਮੇਰਾ ਮੌਕਫ ਹੀ ਨਹੀਂ ਕਿਸੇ ਨੇ ਸੁਣਿਆ ਉੱਥੇ, ਬਰਾਡ ਵਾਲਾ ਬੰਦ ਕਰਕੇ ਘਰ ਨੱਸ ਗਿਆ, ਜੱਜ ਫੈਸਲਾ ਸੁਣਾ ਗਿਆ ਤੇ ਉਹਨਾਂ ਨੇ ਦਜਲ ਕੀਤਾ। ਇਹ ਕਹਿ ਰਿਹਾ ਹੁਣ ਮੈਂ ਤੁਹਾਨੂੰ ਹਕਾਇਆ ਕਿ ਜਿਹੜੇ ਸਾਡੇ ਤਰਫੋਂ ਨੇ ਨਾ ਸਾਡੇ ਲਾਈਵ ਤੇ ਹੁਣ ਵੀ ਪਹੁੰਚੇ ਹੋ ਤੇ ਸਾਡੀ ਗੱਲ ਤੁਹਾਨੂੰ ਹੁਣ ਮੈਂ ਦੱਸ ਦੇਣਾ। ਅਸਲ ਚ ਜਿਹੜਾ ਸੀ ਨਾ ਹਦੀਸ ਵਾਲਾ ਰੋਲਾ ਕਿ ਹਦੀਸ ਦੇ ਵਿੱਚ ਜ਼ਰਦ ਰੰਗ ਦੀ ਮਮਾਮਨਤ ਵਿਖਾਣੀ ਸੀ, ਠੀਕ ਹੈ ਜੀ, ਉਹ ਵਾਲਾ ਫੈਸਲਾ ਹੋਣਾ ਸੀ ਅੱਜ ਉਹਦੇ ਉੱਤੇ। ਮੈਂ ਗੱਲ ਕਰਦਾ, ਇਜਾਜ਼ਤ ਹੈ, ਦੇਖੋ ਸਭ ਤੋਂ ਪਹਿਲਾਂ ਗੱਲ ਇਹ ਆਉਂਦੀ ਹੈ
ਕਿ ਤੁਸੀਂ ਨੇ ਜੱਜ ਜਿਹੜਾ ਮੰਤਖਬ ਕੀਤਾ ਹੈ ਆਪਣੇ ਖਿਲਾਫ ਵਾਲਾ ਬੰਦਾ ਮੰਤਖਬ ਕੀਤਾ ਹੈ ਉਹ ਹਰ ਇਜਾਜ਼ਤ ਦੇ ਦਿਓ ਮੈਂ ਗੱਲ ਕਰਨ ਇਜਾਜ਼ਤ ਹੈ ਇਜਾਜ਼ਤ ਬੋਲੋ ਇਸ ਮੌਜੂਦ ਤੇ ਗੱਲਾਂ ਹੁੰਦੀਆਂ ਰਹਿਣੀਆਂ ਉਹਦੀ ਨੀਅਤ ਉਹਦੀ ਜੇ ਕੋਈ ਜ਼ਹਿਨ ਅਕੀਦਾ ਹੈ ਉਹਨੇ ਉਹੀ ਬਿਆਨ ਕੀਤਾ ਹੈ ਤੇ ਤੁਸੀਂ ਸੋ ਵਾਰ ਸੁਣਾਉਣ ਨੂੰ ਗੱਲ ਫਿਰ ਵੀ ਸਾਡੇ ਖਿਲਾਫ ਲੇਕਿਨ ਇਮਾਨਦਾਰੀ ਦੀ ਗੱਲ ਹੈ ਜਿਹੜੀ ਮੇਰੀ ਆਪਣੀ ਰਾਏ ਹੈ ਇਖਲਾਕੀ ਤੌਰ ਤੇ ਚੀਜ਼ ਹੈ ਲੇਕਿਨ ਮੈਂ ਇਸ ਫੈਸਲੇ ਤੇ ਖੁਦ ਬਜ਼ਾਤ ਤੇ ਖੁਦ ਮੁਤਮੈਨ ਨਹੀਂ ਹਾਂ ਮੇਰੇ ਕੋਲ ਇਹ ਫੈਸਲਾ ਆਉਂਦਾ ਤੇ ਇਸ ਤੋਂ ਉਲਟਾ ਆਉਂਦਾ ਲੇਕਿਨ ਉਹਨਾਂ ਨੇ ਕਿੱਸਾ ਸੁਣਿਆ ਕਿੱਸਾ ਚੱਕਿਆ ਮੈਂ ਕੁਝ ਨਹੀਂ ਕਰ ਸਕਦਾ ਨਾ ਆਪ ਅਲੀ ਭਾਈ ਇੱਕ ਮਿੰਟ ਰੋਕਣਾ ਅਲੀ ਭਾਈ ਇੱਕ ਮਿੰਟ ਰੋਕਣਾ ਅਲੀ ਭਾਈ ਇਹ ਜੇ ਕੁਰਾਨ ਦੀ ਆਇਤ ਕਿ ਯੇ ਵੋ ਮੁਨਾਫਿਕ ਲੋਕ ਹੈ ਜਬ ਤੁਮ ਮੇ ਬੈਠਤੇ ਹੈ ਤੋ ਤੁਮਹਾਰੇ ਹੱਕ ਮੇ ਬਾਤ ਕਰਤੇ ਹੈ ਜਬ ਅਪਨੋ ਮੇ ਜਾਤੇ ਹੈ तो कहते हैं हम तो हंसी मजाक ठट्ठा कर रहे थे हम तो उनको काफर समझते हैं ਅਕਬਰ ਖਾਨ ਸਾਹਿਬ ਇਹ ਚੌਹਾਨ ਸਾਹਿਬ ਦੇ ਆਉਣ ਤੋਂ ਪਹਿਲੇ ਗੱਲਾਂ ਹੋ ਰਹੀਆਂ ਹਨ ਚੌਹਾਨ ਸਾਹਿਬ ਨੂੰ ਨਹੀਂ ਨਾ ਪਤਾ ਮਸੂਮ ਦੇ ਬੰਦੇ ਨੇ ਕਿ ਪਹਿਲੇ ਕੀ ਗੱਲ ਹੋਈ ਹੈ ਅਤੇ ਹੁਣ ਕੀ ਹੋਈ ਹੈ ਪਹਿਲੇ ਉਹਨੂੰ ਲੱਥ ਖੋਲ ਕਰਦੇ ਪਏ ਹਨ ਚੌਹਾਨ ਸਾਹਿਬ ਨੂੰ ਸਾਰਿਆਂ ਨੇ ਕੀਤੀਆਂ ਨੇ ਮੈਂ ਸਾਰੀ ਸ਼ੁਰੂ ਤੋਂ ਰਿਕਾਰਡਿੰਗ ਸੁਣਾਵਾਂ ਨਾ ਹਰ ਬੰਦੇ ਨੇ ਇਹਨਾਂ ਨੂੰ ਬੋਲਾ ਬੋਲਾ ਕਿਹਾ ਮਸੂਮ ਕੋਈ ਨਹੀਂ ਹੈਗੇ ਮੇਰੇ ਕਹਿਣ ਦਾ ਮਕਸਦ ਕਿ ਪਹਿਲੇ ਗਾਲਾਂ ਪੇ ਕਰਦੇ ਹਨ ਤੇ ਬਾਅਦ ਜੀ ਤਾਰਕ ਸਾਹਿਬ ਤਾਰਕ ਸਾਹਿਬ ਨਹੀਂ ਨਹੀਂ ਤਾਰਕ ਚੌਹਾਨ ਸਾਹਿਬ ਸਭ ਸਮਝਦੇ ਨੇ ਸਭ ਸਮਝਦੇ ਨੇ ਫਿਕਰ ਨਾ ਕਰੋ ਕਿ ਮੇਰਾ ਮੌਕਫ ਨੀ ਸੁਣਿਆ ਗਿਆ ਉਹਨੂੰ ਕਹੋ ਕਿ ਇਹਦੇ ਤੇ ਰਿਵਿਊ ਕਰ ਲੈ ਕਿ ਤੇਰਾ ਮੌਕਫ ਸੁਣਿਆ ਗਿਆ ਕਿ ਨਹੀਂ ਨਹੀਂ ਖੁੱਲ ਕੇ ਟਾਈਮ ਦਿੱਤਾ ਗਿਆ ਵੇ ਪੂਰਾ ਪੂਰਾ ਟਾਈਮ ਦਿੱਤਾ ਗਿਆ ਉਦੋਂ ਉਹਨੂੰ ਨੀ ਇਤਰਾਜ਼ ਹੋਇਆ ਕਿ ਇਹ ਪੁਰਾਣੀ ਆਡੀਓ ਪੁਰਾਣੀ ਹੈ ਜਾਂ ਨਵੀਂ ਹੈ ਉਦੋਂ ਤੇ ਉਹਨੂੰ ਇਤਰਾਜ਼ ਨਹੀਂ ਆਇਆ ਇਹ ਸਾਰੀਆਂ ਗੱਲਾਂ ਪਹਿਲੇ ਸੋਚਣ ਵਾਲੀਆਂ ਸੀ ਪਹਿਲੇ ਦੇਖਣ ਵਾਲੀਆਂ ਸੀ ਇਸੇ ਵਾਸਤੇ ਤੇ ਇਹਨਾਂ ਦੇ ਜਮਾਤ ਦੇ ਹੀ ਬੰਦੇ ਦੋ ਉਹਨਾਂ ਦੇ ਮੈਂ ਨਾਂ ਨਹੀਂ ਲੈਂਦਾ ਜਿਹੜੇ ਇਸੇ ਬੰਦੇ ਨੂੰ ਜਿਹੜਾ ਕਿ ਇੱਥੇ ਆਪਣਾ ਮੁਕੱਦਮਾ ਪੇਸ਼ ਕਰ ਰਹੇ ਸੀ ਉਹਨੂੰ ਲੋਂਡਾ ਲਪਾੜਾ ਕਹਿ ਕੇ ਨਾ ਹੀ ਦੱਸਿਆ ਗਿਆ ਨਾ ਹੀ ਪੁੱਛਿਆ ਗਿਆ ਕਿ ਜ਼ਿਆਰ ਸੋਹ ਨੇ ਪੁੱਛਿਆ ਗਿਆ ਕਿ ਜੇ ਤੂੰ ਦਾਵਾ ਕਰ ਰਿਹਾ ਹੈ ਕਿ ਇਹ ਮੇਰਾ ਪਹਿਲੋਂ ਦਾ ਬਿਆਨ ਹੈ ਇਹਦੀ ਕੀ ਦਲੀਲ ਸੀ ਕਿ ਜ਼ਿਆਰ ਸੋਹ ਨੇ ਪੁੱਛਿਆ ਗਿਆ ਮੈਂ ਤੁਹਾਨੂੰ ਇਹ ਸੁਣਾਉਣਾ ਚਾਹੁੰਦਾ ਕਿ ਉਹ ਤਾਰਕ ਸਾਹਿਬ ਉਹ ਕਹਿੰਦੇ ਮੈਨੇ ਕਿ ਤੁਸੀਂ ਮੌਕਫ ਨਹੀਂ ਸੁਣਿਆ ਵੇਖੋ ਕਿੰਨਾ ਦਜਲਵੇ ਕਰਦੇ ਨੇ ਤਾਰਕ ਸਾਹਿਬ ਅਲੀ ਭਾਈ ਗੱਲ ਸੁਣੋ ਅਲੀ ਭਾਈ ਗੱਲ ਸੁਣੋ ਮੈਂ ਤੁਹਾਨੂੰ ਹੁਣ ਵਜ੍ਹਾ ਦੱਸਦਾ ਵਾਂ ਅਸਲ ਉਹਨਾਂ ਨੇ ਤਾਰਕ ਚੌਹਾਨ ਸਾਹਿਬ ਨੂੰ ਇਸ ਵਾਸਤੇ ਜੱਜ ਚੁਣਿਆ ਸੀ ਕਿ ਮਿਰਜ਼ਾ ਸਾਹਿਬ ਦਾ ਜੋ ਅਕੀਦਾ ਵੇ ਨਾ ਜ਼ਰ ਚਾਦਰਾਂ ਦੇ ਬਾਰੇ 'ਚ ਉਹਦੇ ਮੁਤਾਬਕ ਤਾਰਕ ਚੌਹਾਨ ਸਾਹਿਬ ਫੈਸਲਾ ਦੇਣਗੇ ਲੇਕਿਨ ਇੱਥੇ ਅਕੀਦੇ ਦਾ ਮਸਲਾ ਨਹੀਂ ਸੀ
ਇੱਥੇ ਸੀ ਮਸਲਾ ਨਹੀਂ ਨਹੀਂ ਅਕਬਰ ਖਾਨ ਸਾਹਿਬ ਤੇ ਤਾਰਿਕ ਚੌਹਾਨ ਸਾਹਿਬ ਦੇ ਅੱਗੇ ਤਾਰਿਕ ਚੌਹਾਨ ਸਾਹਿਬ ਦੇ ਅੱਗੇ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਤੇ ਖਲੋਤੇ ਸੀ ਨਾ ਉਹਨਾਂ ਦੇ ਹੱਕ ਚ ਫੈਸਲਾ ਦੇ ਦਿੰਦੇ ਤੇ ਉਧਰੋਂ ਹਦੀਸ ਦੇ ਵਿੱਚ ਤਜ਼ਾਦ ਪੈਦਾ ਕਰਾ ਲੈਣਾ ਸੀ ਉਹਨਾਂ ਨੇ ਨਹੀਂ ਨਹੀਂ ਅਸਲ ਗੱਲ ਇਹੀ ਸੀ ਜਿਹੜਾ ਫੈਸਲਾ ਹੋਇਆ ਉਹ ਅਕੀਦਿਆਂ ਦੇ ਬਿਨਾ ਬੁਨਿਆਦ ਤੇ ਨਹੀਂ ਹੋਇਆ ਉਹ ਉਹਨਾਂ ਦੀ ਆਡੀਓ ਦੀ ਬਿਨਾ ਤੇ ਹੋਇਆ ਜੀ ਆਡੀਓ ਦੇ ਹੋਇਆ ਸੀ ਜੀ ਗੱਲ ਹਾਂਜੀ ਜਵਾਬ ਆਪ ਹੀ ਦੇ ਦਿੱਤਾ ਕਿ ਜਿਹੜਾ ਬੰਦਾ ਇਹ ਫੈਸਲਾ ਕਰਦਾ ਕਿ ਨਬੀ ਅਲੈਹਿ ਸਲਾਤੁ ਵਸਲਾਮ ਨੇ ਨਜ਼ੂਲ ਉਲ ਮਸੀਹ ਵਾਲੀ ਹਦੀਸ ਵਿੱਚ ਜਿਸ ਲਿਬਾਸ ਦਾ ਜ਼ਿਕਰ ਕੀਤਾ ਹੈ ਉਹਨੂੰ ਪਹਿਨਣ ਤੋਂ ਮਨ੍ਹਾ ਕੀਤਾ ਹੈ ਅਤੇ ਮਾਜ਼ ਅੱਲਾਹ ਅਸਤਗਫਿਰੁੱਲਾ ਉਹ ਇਹ ਨਹੀਂ ਫੈਸਲਾ ਪਿਆ ਦਿੰਦਾ ਕਿ ਜੁੱਤੀਆਂ ਕੌਣ ਅਤੇ ਹਾਰਿਆ ਕੌਣ ਉਹ ਤਾਂ ਨਬੀ ਪਾਕ ਦੇ ਖਿਲਾਫ਼ ਫੈਸਲਾ ਪਿਆ ਦਿੰਦਾ ਇਹ ਫੈਸਲਾ ਕੋਈ ਦੇਖ ਕਿਸ ਤਰ੍ਹਾਂ ਸਕਦਾ ਇਹ ਇਹ ਉਸ ਪ੍ਰਾਈਵੇਟ ਮੈਸੇਜ ਦਾ ਜਵਾਬ ਜਿਹੜਾ ਤੁਸੀਂ ਦਿੱਤਾ ਜੀ ਜੀ ਜਿਹੜਾ ਬੰਦਾ ਇਹ ਫੈਸਲਾ ਦੇਗਾ ਉਹ ਨਬੀ ਪਾਕ ਦੇ ਖਿਲਾਫ਼ ਫੈਸਲਾ